आशकां फकरां दी दुआ तो बनी आवाज हर रम्मी रंधावा प्रिंस रंधावा रंधावा जोरदार ताड़ियां दे भाई पंजाबी लोग पंजाब पंजाबी ते पंजाबियत ये तीन चीजा ने जिन्ना तो असी बने हाँ। सो अज असी बड़े खुश नसीब हाँ कि इस भागा वाली धरती से सानू हाजरी लवाउण दा मौका मिलिया जो साडे लोक तत्थां नू लोक वारां नू लोक गीतां नू प्यार करते ने सानू इन्ना माण बख्शिया कि अपने वेहड़े सद्या। एक ऐसी गल जिन्हों याद करके अज भी अखां विच हंझू आ जांदे ने चमकौर दी गड़ी दी जंग जरा गौर करियो की होया चमकौर चमकौर दी धन गुरु दा जेरा ओ शाही फौजां के आ पाया केरा हो कच्ची गढ़ी चमकौर दी धन गुरु दा जेरा ओ शाही फौजां के आ पाया केरा ओ धरती लालो लाल सी ओ लाल सी ओ लाल सी ओ धरती लालो लाल सी रोया अंबर सारा ओ बैठे बाजा बलड़े तक दे नजारा ओ बिच करी चमकौर दे हुंदा युद्ध पारा यानी के एक अर्ज गुजारी ओ दे दियो मैनू थापना हथी एक बारी ओ बड़े पुत्र यानी के एक अर्ज गुजारी ओ दे दियो मैनू थापना हथी एक बारी मैं बिच मैदाने जंग दे ओ जंग दे ओ जंग दे मैं बिच मैदाने जंग दे पा दऊं खिलारा ओ बैठे बाजा बलड़े तक दे नजारा ओ बिच गली चमकौर दे हुंदा युद्ध पारा महसूस करके सुनियो कि उस टाइम की हो रहा सी चमकौर दी गड़ी च जदों जदों साढ़े बोल चलणगे सारे ने महसूस जरूर करना जदों वड्डा बेटा शहीदी पा गया महाराज का फिर छोटा देख के अगे आउंदा है अपने पिता जी नूं की अर्ज करता है जरा गौर करो ਵੱਡਾ ਵੇਖ ਮੈਦਾਨ ਵਿੱਚ ਛੋਟਾ ਵੀ ਆਇਆ ਉਹ ਮੱਥਾ ਚੁੰਮਿਆ ਮੇਰੇ ਸ਼ਹਿਨ ਸ਼ਾਹ ਛਾਤੀ ਨਾਲ ਲਾਇਆ ਹੋ ਵੱਡਾ ਵੇਖ ਮੈਦਾਨ ਵਿੱਚ ਛੋਟਾ ਵੀ ਆਇਆ ਉਹ ਮੱਥਾ ਚੁੰਮਿਆ ਮੇਰੇ ਪਾਦਸ਼ਾਹ ਸੀਨੇ ਨਾਲ ਲਾਇਆ ओ हथी तोरिया जंगणू वे जंगणू वे जंगणू ओ हथी तोरिया जंगणू अखियां दा तारा ओ बैठे बाजा बलड़े तक दे नजारा ओ बिच गड़ी चमकौर दे हुंदा युद्ध पारा
ਜਦੋਂ ਦੋ ਪੁੱਤਰ ਸ਼ਹੀਦ ਹੋ ਗਏ ਤਾਂ ਬਾਜਾਂ ਵਾਲੇ ਆ ਸ਼ਮਸ਼ੀਰ ਲੈ ਕੇ ਜੰਗ ਨੂੰ ਚੱਲੇ ਨੇ ਤਾਂ ਕੀ ਹੁੰਦਾ ਹੈ ਜਰਾ ਗੌਰ ਕਰੋ ਹੱਥਾਂ ਵਿੱਚ ਸ਼ਮਸ਼ੀਰ ਲੈ ਗੁਰੂ ਜੰਗ ਨੂੰ ਚੱਲੇ ਉਹ ਸਿੰਘਾਂ ਕੀਤੀ ਬੇਨਤੀ ਆ ਕੇਰਾ ਮਲੇ ਉਹ ਹੱਥਾਂ ਵਿੱਚ ਸ਼ਮਸ਼ੀਰ ਲੈ ਗੁਰੂ ਜੰਗ ਨੂੰ ਚੱਲੇ ਉਹ ਸਿੰਘਾਂ ਕੀਤੀ ਬੇਨਤੀ ਆ ਕੇਰਾ ਮਲੇ ਮੈਂ ਤਾੜੀ ਮਾਰ ਕੇ ਜਾਵਣਾ ਵੇ ਜਾਵਣਾ ਵੇ ਜਾਵਣਾ ਮੈਂ ਤਾੜੀ ਮਾਰ ਕੇ ਜਾਵਣਾ ਤੇ ਬੱਜੂ ਨਗਾਰਾ ਉਹ ਬੈਠੇ ਬਾਜਾਂ ਵਾਲੇ ਤੱਕਦੇ ਨਜ਼ਾਰਾ ਉਹ ਵਿੱਚ ਗੜੀ ਚਮਕੌਰ ਦੇ ਹੁੰਦਾ ਯੁੱਧ ਪਾਰਾ ਸੋ ਸਾਡੇ ਬੋਲਾਂ ਨੂੰ ਇੰਨਾ ਮਾਣ ਦੇ ਰਹੇ ਨੇ ਸੋ ਹਜੇ ਸ਼ੁਰੂਆਤ ਹੋਈ ਹੈ ਕੁਝ ਐਸੀਆਂ ਗੱਲਾਂ ਕੁਝ ਚੀਜ਼ਾਂ ਲੈ ਕੇ ਘਰੋਂ ਤੁਰੇ ਸੀ ਭਾਜੀ ਥੋੜ੍ਹੀ ਜਿਹੀ ਆਵਾਜ਼ ਖੋਲ ਸਾਹਮਣੇ ਮੋਨੀਟਰਾਂ 'ਚ ਲਓ ਜੀ ਪਰਖ ਪਰਖ ਇੱਕ ਐਸਾ ਲਫ਼ਜ਼ ਹੈ ਇੱਕ ਐਸਾ ਸੱਚ ਹੈ ਜੋ ਤੋਂ ਸੰਸਾਰ ਬਣਿਆ ਹੈ ਇਹ ਚੀਜ਼ ਨਾਲ ਨਾਲ ਚੱਲਦੀ ਆ ਰਹੀ ਹੈ ਪਰ ਹੁਣ ਕੁਝ ਜ਼ਿਆਦਾ ਤੇਜ਼ੀ ਫੜ ਗਈ ਹੈ ਕਿਉਂਕਿ ਰਿਸ਼ਤੇ ਜਿੱਥੇ ਰਿਸ਼ਤੇ ਆ ਜਾਂਦੇ ਆ ਉੱਥੇ ਪਰਖ ਨਹੀਂ ਹੁੰਦੀ ਪਰ ਇਹ ਰਿਸ਼ਤੇ ਹੁਣ ਪਰਖ ਕਰਵਾਉਣ ਲੱਗ ਪਏ ਨੇ ਖੂਨ ਖੂਨ ਦੀ ਪਰਖ ਕਰਵਾ ਰਿਹਾ ਇਹ ਕਲਯੁੱਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਚੀਜ਼ਾਂ ਸ਼ੈਤਾਨ ਦੀਆਂ ਨੇ ਜਿਹਦਾ ਮੇਨ ਕਾਮ ਹੈ ਪੈਸਾ ਅਤੇ ਕਾਮ ਨੇ ਚੀਜ਼ਾਂ ਆਪਣੇ ਵੱਸ 'ਚ ਕਰ ਲਈਆਂ ਨੇ ਸੋ ਥੋੜ੍ਹਾ ਜਿਹਾ ਪਰਮੇਸ਼ੁਰ ਦੇ ਚਰਨਾਂ 'ਚ ਜੁੜੀਏ ਉਹਦੀ ਬਾਣੀ ਨਾਲ ਸੋ ਆਪਣੇ ਆਪ ਸਾਰੀ ਚੀਜ਼ਾਂ ਸੋ ਅੱਜ ਜਿਹੜੀਆਂ ਅਸੀਂ ਆਹ ਗੱਲਾਂ ਕਰਨ ਲੱਗੇ ਹਾਂ ਇਹ ਇੱਕ ਇੱਕ ਗੱਲ ਇਹਦਾ ਕੋਈ ਵੀ ਮੁੱਲ ਨਹੀਂ ਆ ਇਹ ਤੁਹਾਨੂੰ ਅਸੀਂ ਅੱਜ ਦਿਲੋਂ ਸੁਣਾ ਕੇ ਜਾ ਰਹੇ ਤੁਸੀਂ ਦਿਲੋਂ ਸੁਣਿਓ ਕਿਉਂਕਿ ਹਮੇਸ਼ਾ ਬੰਦੇ ਦੇ ਕੰਮ ਸੱਚ ਆਉਂਦਾ ਹੈ ਸੱਚ ਹੁੰਦਾ ਤਾਂ ਕੌੜਾ ਹੈ ਪਰ ਜਾਣਨਾ ਚਾਹੀਦਾ ਜਰਾ ਸੁਣਿਓ ਕੀ ਗੱਲ ਹੈ ਸੁਣਿਓ ਵੀ ਤਾਂ ਗੌਰ ਵੀ ਕਰਿਓ ਸੁਣਿਓ ਕੀ ਕਹਿੰਦੇ ਲਓ ਜੀ ਪੁੱਤ ਦੀ ਕਦੋਂ ਪਰਖ ਹੁੰਦੀ ਹੈ ਜਰਾ ਗੌਰ ਕਰਿਓ ਹੋ ਵਿੱਚ ਵੱਡਾ ਬੇਲੋੜ ਪੈਂਦੀ ਹੈ ਪੁੱਤ ਦੇ ਕੰਧੇ ਦੀ ਉਸ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ ਓਏ ਵਿੱਚ ਵੱਡਾ ਬੇਲੋੜ ਪੈਂਦੀ ਹੈ ਪੁੱਤ ਦੇ ਕੰਧੇ ਦੀ ਉਸ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ ਓਏ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਓਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਓਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਅੱਗੇ ਔਰਤ ਦੀ ਜਿਹਨਾਂ ਨੂੰ ਅਸੀਂ ਵਿਆਹ ਕੇ ਲਿਆਉਂਦੇ ਹਾਂ ਸਾਡੀ ਜੀਵਨ ਸਾਥਣ ਉਹਦੀ ਪਰਖ ਕਦੋਂ ਹੁੰਦੀ ਹੈ ਕੀ ਕਹਿੰਦਾ ਹੋਇਆ ਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਰਤ ਨੂੰ ਓਏ ਸੂਟ ਟਾਕੀਆਂ ਵਾਲੇ ਪਾਉਣੇ ਪੈ ਜਾਣ ਔਰਤ ਨੂੰ ਹੋਇਆ ਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਰਤ ਨੂੰ ਆ ਸੂਟ ਟਾਕੀਆਂ ਵਾਲੇ ਹੋਏ ਪਾਉਣੇ ਪੈ ਜਾਣ ਔਰਤ ਨੂੰ ਓਏ ਵੱਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਕਰੀਬੀ ਦੇ ਉਹ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਉਹ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਅੱਗੇ ਪਤੀ ਦੀ ਪਰਖ ਕਦੋਂ ਹੁੰਦੀ ਹੈ ਗੌਰ ਕਰਿਓ ਕਹਿੰਦਾ ਉਹ ਸਹਿਰਿਆਂ ਨਾਲ ਲਿਆਂਦੀ ਨੂੰ ਜਦੋਂ ਵੱਜ ਜੇ ਬੁਲਾਵੇ
जदों आप बंदे नू करना पै जाए चौंका चुला वे सेरिया नाल ले आंदी नू जदों वज जाए बुला वे ओ फिर आप बंदे नू करना पै जाए चौंका चुला वे ना दूजा ब्याह करवावे ते आजे जान सिकंजे चे ओ फिर पति परखे आ जांदा औरत जदों पै जाए मंजे ते ओ फिर पति परखे आ जांदा औरत जदों पै जाए मंजे ते अग्यों वीरां दी गल आ जांदी है साडे सके खून दी कहिंदा है घर विच भावें कंधां मारियां होवन वीरां ने ओ शरीक जदों ललकारे ते जांदियां जाग जमीरां ने घर विच भावें कंधां मारियां होवन वीरां ने ओ शरीक जदों ललकारे ते जांदियां जाग जमीरां ने ओ कल्ला भाई की कर लू पिछे लगियां वारां दे ओ फिर वीर भी परखे जांदे ने चल दियां विच तलवारां दे ओ फिर वीर भी परखे जांदे ने चल दियां विच तलवारां दे लो जी संसार विच साडियां तियां नालों वध प्यार अपने मापिआं नूं कोई नहीं करदा हुण इहनां दी गल है किद्दां कि पुत्तां नालों वध प्यार करदियां ने इह उह गल कीती है कि जदों परख दी गल आउंदी है कुछ तियां दी जो अपने मापिआं दी पग रोलदियां ने उस वक्त जाके इह पोतरी बणदियां उदां पुत्तां तों वध हुंदियां ने की कहिंदा है असीं इह गल्लां ਤਾਂ ਕਰਦੇ ਹਾਂ ਕਿ ਬਾਣੀ ਵਿੱਚ ਲਿਖਿਆ ਹੈ ਕਿ ਤੁਸੀਂ ਇੱਕ ਵੀਰੂ ਨੂੰ ਬਚਾ ਲੈਂਦੇ ਹੋ ਤੁਹਾਡਾ ਜੀਵਨ ਸਫਲ ਹੋ ਜਾਂਦਾ ਹੈ ਨਾ ਅੱਜ ਅਸੀਂ ਦੋਵੇਂ ਭਰਾ ਇੱਥੇ ਗਾ ਕੇ ਜਾਂਦੇ ਹਾਂ ਕੋਈ ਇੱਕ ਜਾਂ ਦੋ ਰੂਹਾਂ ਬਚਾ ਲਈਆਂ ਇੱਕ ਜਾਂ ਦੋ ਲੋਕ ਆਪਣੀ ਮੱਤ ਚੰਗੀ ਘਰ ਲੈ ਕੇ ਚੱਲ ਗਏ ਤਾਂ ਸਾਡਾ ਜੀਣਾ ਸਫਲ ਹੋ ਜੂਗਾ ਇਸ ਕਰਕੇ ਅਸੀਂ ਗੱਲਾਂ ਸਮਝਾਉਂਦੇ ਹਾਂ ਜ਼ਰਾ ਗੌਰ ਕਰਿਓ ਕਰਿਓ ਕੀ ਗੱਲਾਂ ਕੀ ਕਹਿੰਦਾ ਹੈ ਧੀ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਉਹ ਜਦ ਵਿੱਚ ਇਸ਼ਕ ਤੇ ਜਾਂਦੀ ਆ ਫਿਰ ਉਸ ਦੀ ਮੱਤ ਮਾਰੀ ਉਦੋਂ ਦੀ ਗੱਲ ਕੀਤੀ ਹੈ ਜਦੋਂ ਇਸ਼ਕ ਪੈ ਜਾਂਦੀ ਹੈ ਥਾਣਿਆਂ ਕਚਹਿਰੀਆਂ ਵੱਲ ਤੁਰ ਪੈਂਦੀ ਹੈ ਕੀ ਕਹਿੰਦਾ ਹੈ ਧੀ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਉਹ ਜਦ ਵਿੱਚ ਇਸ਼ਕ ਤੇ ਜਾਂਦੀ ਆ ਫਿਰ ਉਸ ਦੀ ਮੱਤ ਮਾਰੀ ਪਣ ਗੋਟੇ ਵਾਲੇ ਆ ਪੱਖ ਪੂਰੇ ਜਦੋਂ ਦਿਲ ਪਰ ਜਾਨੀ ਦੇ ਉਹ ਫਿਰ ਦੀ ਵੀ ਪਰਖ ਕਰਾ ਜੇ ਯਾਰੋ ਵਿੱਚ ਜਵਾਨੀ ਦੇ ਉਹ ਫਿਰ ਦੀ ਵੀ ਪਰਖ ਕਰਾ ਜੇ ਯਾਰੋ ਵਿੱਚ ਜਵਾਨੀ ਦੇ ਕਿਉਂਕਿ ਇਹ ਸਾਡੀਆਂ ਬੋਲ ਜੋ ਤੁਸੀਂ ਸੁਣ ਰਹੇ ਹੋ ਇਹ ਸਾਡੀਆਂ ਜੜ੍ਹਾਂ ਨਾਲ ਜੁੜੇ ਨੇ ਸਾਨੂੰ ਤਾਂ ਚੰਗੇ ਲੱਗਦੇ ਆ ਅਸੀਂ ਨਾ ਵੀ ਸੁਣਨਾ ਚਾਹੀਏ ਪਰ ਸਾਡਾ ਜ਼ਮੀਰ ਸੁਣਦਾ ਹੈ ਲਓ ਜੀ ਹੁਣ ਉਹਨਾਂ ਕਲਾਕਾਰਾਂ ਦੀ ਗੱਲ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਸਾਡੀ ਰਹਿਣੀ ਸਹਿਣੀ ਨੂੰ ਕੁਝ ਗਲਤ ਵਰਲਡਵਾਈਡ ਲੈਵਲ 'ਤੇ ਦਿਖਾ ਦਿੱਤਾ ਕੁਝ ਦੱਸਣਾ ਕੁਝ ਹੋਰ ਸੀ ਦਿਖਾ ਕੁਝ ਹੋਰ ਦਿੱਤਾ ਆਪਣੀ ਖਾਤਰ ਆਪਣੇ ਪੈਸੇ ਕਮਾਉਣ ਦੀ ਖਾਤਰ ਪਰ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਪਰਸੈਂਟ ਹੋ ਗਿਆ ਹੈ ਹੁਣ ਉਹਨਾਂ ਕਲਾਕਾਰਾਂ ਦੀ ਸਾਡਾ ਕੋਈ ਕਿਸੇ ਕਲਾਕਾਰ ਨਾਲ ਵੈਰ ਵਿਰੋਧ ਨਹੀਂ ਹੈ ਉਹਨਾਂ ਦੇ ਬੋਲਾਂ ਨਾਲ ਹੈ ਜਿਹੜੇ ਬੋਲਦੇ ਨੇ ਸੋ ਲਓ ਜੀ ਕੀ ਕਹਿੰਦਾ ਹੈ ਉਹ ਧੀਆਂ ਮੁਟਿਆਰਾਂ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਉਹ ਧੀਆਂ ਮੁਟਿਆਰਾਂ ਹਰ ਇੱਕ ਦੇ ਕਰੇ ਸੋ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਇਹ ਕਲਾਕਾਰਾਂ ਨਾਲ ਕਿ ਯਾਰ ਜਦੋਂ ਤੁਸੀਂ ਇਹ ਗੰਦੀਆਂ ਵੀਡੀਓ ਬਣਾਉਂਦੇ ਹੋ ਗੰਦੇ ਗਾਣੇ ਗਾਉਂਦੇ ਹੋ ਪਹਿਲਾਂ ਆਪਣੇ ਘਰ ਵਿੱਚ ਲਾ ਕੇ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਵਿਖਾਉਂਦੇ ਹੋ ਜੇ ਵਿਖਾਉਂਦੇ ਹੋ ਤਾਂ ਫਿਰ ਸਾਡਾ ਵੀ ਵੇਖਣਾ ਫਰਜ਼ ਬਣਦਾ ਹੈ ਮੈਂ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਚੰਗਾ ਸੁਣਿਆ ਕਰੋ ਚੰਗਾ ਵੇਖਿਆ ਕਰੋ ਕਹਿੰਦਾ ਹੈ ਇਹ ਦੁਨੀਆ ਕਿਹੜੇ ਰਾਹੇ ਪੈ ਗਈ ਹੁਣ ਨਾ ਕਿਸੇ ਕੰਮ ਦੀ ਰਹਿ ਗਈ ਇਹ ਦੁਨੀਆ ਕਿਹੜੇ ਰਾਹੇ ਪੈ ਗਈ ਹੁਣ ਨਾ ਕਿਸੇ ਕੰਮ ਦੀ ਰਹਿ ਗਈ ਬੇੜੀ ਟੀਵੀ ਚੈਨਲ ਦੀ ਬਹਿ ਗਈ ਫਿਲਮਾਂ ਦੇਣ ਕਮਾਲ ਦੀਆਂ
ਉਹ ਤਾਈਓ ਅੱਜ ਕੱਲ ਕੁੜੀਆਂ ਆਪ ਪਰੌਣੇ ਪਾਲਦੀਆਂ ਉਹ ਤਾਈਓ ਅੱਜ ਕੱਲ ਕੁੜੀਆਂ ਆਪ ਪਰੌਣੇ ਪਾਲਦੀਆਂ ਕੋਈ ਨਹੀਂ ਖੁੱਲ ਕੇ ਮਾਰੋ ਤਾੜੀਆਂ ਪਰਮੇਸ਼ਰ ਦੇ ਚਰਨਾਂ 'ਚ ਬੈਠੇ ਹਾਂ ਇਹ ਜਦੋਂ ਜੋ ਜੋ ਤਾੜੀ ਵੱਜੂਗੀ ਉਹਦੇ ਕਦਮਾਂ 'ਚ ਹਾਜ਼ਰੀ ਲੱਗੇਗੀ ਸੋ ਅੱਜ ਅਸੀਂ ਸ਼ੋਅ 'ਤੇ ਸੀਗੇ ਦਿਨੇ ਲੁਧਿਆਣੇ ਲਾਗੇ ਪਿੰਡ ਬੱਦੋਵਾਲ ਸਾਡੇ ਤੋਂ ਪਹਿਲਾਂ ਅਨਮੋਲ ਗਗਨ ਮਾਨ ਸੀ ਉਹ ਤੋਂ ਬਾਅਦ ਅਸੀਂ ਸਾਡੇ ਤੋਂ ਬਾਅਦ ਕਨਵਰ ਗਰੇਵਾਲ ਸਾਡੇ ਬਹੁਤ ਪਿਆਰੇ ਮਿੱਤਰ ਨੇ ਉਹ ਵੀ ਸੱਚ ਦਾ ਸਾਥ ਦਿੰਦੇ ਨੇ ਸੋ ਸੁਣਿਓ ਹੁਣ ਕੀ ਗੱਲਾਂ ਧੀਆਂ ਮੁਟਿਆਰਾ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਚਾਰ ਦੇ ਨੇ ਮੁੱਛਾਂ ਪੱਗਾਂ ਠੋਕ ਠੋਕ ਬੰਨ ਪਰ ਪਤਾ ਨਹੀਂ ਜੇ ਕੀ ਨੇ ਸਰਦਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਵੇ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਆ ਜਾਵੇ ਧੀਆਂ ਮੁਟਿਆਰਾਂ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਚਾੜਦੇ ਨੇ ਮੁੱਛਾਂ ਪੱਗਾਂ ਠੋਕ ਠੋਕ ਬੰਨ ਪਰ ਪਤਾ ਨਹੀਂ ਜੇ ਕੀ ਨੇ ਸਰਦਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਸੁਣਿਓ ਗੱਲ ਗੌਰ ਨਾਲ ਕੀ ਗੱਲ ਹੈ ਕਸਮ ਵਾਲੀ ਗੱਲ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਬੈਠੇ ਹਾਂ ਸਾਨੂੰ 12ਵੀਂ ਕਲਾਸ ਤੱਕ ਪਤਾ ਨਹੀਂ ਸੀ ਕਿ ਚੀਜ਼ਾਂ ਕੀ ਹੁੰਦੀਆਂ ਨੇ 6 ਸਾਲ ਦੇ ਬੱਚੇ ਨੂੰ ਅੱਜ ਕੱਲ੍ਹ ਦੇ ਪੁੱਛ ਲਓ ਕਿ ਕੀ ਚੀਜ਼ਾਂ ਨੇ ਇਹ ਟੀਵੀ ਇਹ ਸੋਸ਼ਲ ਮੀਡੀਆ ਇਹ ਲੱਚਰਤਾ ਕੀ ਹੈ ਤੁਹਾਨੂੰ ਦੱਸ ਦੂਗਾ ਕੀ ਕਹਿੰਦਾ ਉਹ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਉਹ ਘਰਾਂ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਉਹ ਘਰਾਂ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਉਹ ਵੀਡੀਓ ਬਣਾਉਂਦੇ ਐਸੀਆਂ ਉਹ ਯਾਦ ਨੰਗੀਆਂ ਤੇ ਨੱਚਣ ਕਵਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਗੀਤਾਂ ਵਿੱਚ ਠਾ ਠਾ ਕਰਾਈ ਜਾਂਦੇ ਜੇ ਉਹ ਸੌ ਜੇ ਆ ਜੱਟ ਕੱਚੇ ਲਾਈ ਜਾਂਦੇ ਜੇ ਉਹ ਜੇ ਨੀ ਸਮਝਾ ਸਕਦੇ ਉਹ ਕੱਤ ਝੂਠ ਨੂੰ ਜੇ ਦਿੰਦੇ ਚੰਗਿਆਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਸੰਭਾਲੋ ਗਾਉਣ ਵਾਲੇ ਹੋ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਗੱਲ ਸੁਣਿਓ ਆ ਗੱਲ ਗੌਰ ਨਾਲ ਸੁਣਨ ਵਾਲੀ ਜਰਾ ਗੌਰ ਕਰੀ ਕਹਿੰਦਾ
टीवी उते गंद पाया शर्मा को लै गया थोड़िया घर चीजा भैन भी तो है टीवी उते गंद पाया शर्मा को लै गया थोड़िया घर चीजा भैन भी तो है वह भी तो टीवी अगे बहदियां वो फिर अकल गई ने कत मारिया संभालो गाने वाले हो संभालो गाने वाले हो टप टोकियां वो सानू कटिया तेज कटारियां ने हो नाले आ रहे हैं जिस्म तो फाड़ किते ओखो पर लौंदियां रंबियां बिहारियां ने टोटे पोटिया दे कर कर ढेर लाए ओ तन ते चलिया मुश्किल पारिया ने वो पुठी खल लवाई तबरेज वांगू वो हिम्मत रख के पालिया यारिया ने एक हिंदुस्तान अपना पंजाब एक ऐसा मुल्क सी कि जिथों के योध्या के सिर के भी मुल पे कैसिया शहादत हो कैसिया माव जिन्होंने ऐसे सूरवीर योध्या जन्म दिता की कहता है भरी सभा सिर होई बोली हो मुल वटे आए आके व्यापारियों ने सानू एवें नी लोग सरदार कहते सिर दे के लिया सरदारिया ने अजो लोग हिंदुस्तान नू साम के बैठ गए जिन्होंने हिंदुस्तान लिए कुछ नहीं किया सिर्फ वेले बैठे ने ते चरखे कत्ते कहता है हो कांति बांक नहीं चरखे चलाए असी ਹੋਈ ਅਸੀਂ ਖੁਦ ਚਰਖੜੀਆਂ ਤੇ ਚੜੇ ਹੋਏ ਆ ਉਹ ਜਿੰਨਾ ਸਕੂਲਾਂ ਚ ਸਿਰਾਂ ਦੀ ਫੀਸ ਲੱਗੇ ਹੋਈ ਅਸੀਂ ਉਹਨਾਂ ਸਕੂਲਾਂ ਤੇ ਪੜੇ ਹੋਏ ਆ ਇੱਕ ਸ਼ਾਇਰ ਲਿਖਦਾ ਸੀ ਕਿ ਕੈਸੀ ਕੌਮ ਜੋ ਬਿਨਾਂ ਸਿਰ ਤੋਂ ਵੀ ਲੜੀ ਹੈ ਬਿਨਾਂ ਸੀਸ ਤੋਂ ਵੀ ਕਹਿੰਦਾ ਹੈ ਬਾਜਾਂ ਵਾਲੇ ਨਾਲ ਗੱਲ ਕਰਦਾ ਹੈ ਓ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਓ ਮੈਂ ਸੁਣਿਆ ਲੱਗਦੀ ਫੀਸ ਕੋਈ ਨਾ ਓ ਜਦੋਂ ਅੰਦਰ ਜਾ ਕੇ ਵੇਖਿਆ ਈ ਮੈਂ ਓਏ ਪਰਨ ਵਾਲਿਆਂ ਦੇ ਸਿਰਾਂ ਤੇ ਫੀਸ ਕੋਈ ਨਾ ਸੋ ਐਸੇ ਸੂਰਬੀਰਾਂ ਦੀਆਂ ਔਲਾਦਾਂ ਹੈ ਜੋ ਬਿਨਾਂ ਸੀਸ ਤੋਂ ਲੜੇ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸਾ ਅਮਰ ਛਕਾਇਆ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਫਤਿਹ ਹਾਸਲ ਕੀਤੀ ਉਹਨਾਂ ਜੋ ਪ੍ਰਣ ਕੀਤੇ ਸੀ ਉਹ ਨਿਭਾ ਕੇ ਦਿਖਾਲੇ ਹੁਣ ਇਹਨੂੰ ਹਰਾਇਆ ਇਹਨਾਂ ਯੋਧਿਆਂ ਨੇ ਪਰ ਅੱਜ ਅਸੀਂ ਲੱਚਰਤਾ ਦੇ ਵਿੱਚ ਪੈ ਚੁੱਕੇ ਹਾਂ ਲਓ ਜੀ ਹੁਣ ਲੋਕ ਤੱਥ ਇਹ ਪਰਮੇਸ਼ੁਰ ਨੇ ਸਾਨੂੰ ਬਲ ਬਖਸ਼ਿਆ ਇਹ ਚੀਜ਼ ਨਾਲ ਫਰਕ ਵੀ ਬੜਾ ਪਿਆ ਹੈ ਸੋ ਜਾਂ ਗੌਰ ਕਰੋ ਸੋ ਅਸੀਂ ਹਮੇਸ਼ਾ ਜਦੋਂ ਕਿਤੇ ਸਟੇਜ 'ਤੇ ਗਾਉਂਦੇ ਹਾਂ ਤਾਂ ਇਹਨੂੰ ਅਸੀਂ ਯਹਿਰ ਕਹਿੰਦੇ ਹਾਂ ਕਿ ਜਿਹੜਾ ਪਹੁੰਚਾਉਣਾ ਤਾਂ ਬੜਾ ਔਖਾ ਜੇ ਪਹੁੰਚਾ ਲੈਂਦੇ ਤਾਂ ਸਾਰੀ ਉਮਰ ਦਾ ਸੁੱਖ ਸਾਨੂੰ ਮਿਲਦਾ ਹੈ ਇਹ ਸੱਚ ਨੂੰ ਆਪਣੇ ਅੰਦਰ ਅੱਜ ਘਰ ਕਰਕੇ ਜਾਇਓ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਬੱਚੇ ਨੇ ਉਹ ਬਾਜਾਂ
इस लचरता तो इस गंध तो सुनियो जरूर की गल लोग लोग तो साढ़े बजुर्गों दया कई हुई गलों के कटे हुए अर्क जो अच्छे साढ़े सच हो रहे हैं की कहता है नाल गवांड बेगाड़ी लोको चंगी नहीं हुंदी ओ सिद्धे रस्ते जांदियां दी कदे पंडी नहीं हुंदी ओ नाल गवांड बेगाड़ी लोको चंगी नहीं हुंदी ओ सिद्धे रस्ते जांदियां दी कदे पंडी नहीं हुंदी ओए हुंदी वसों पार जवानी चढ़ती मारी है ओए होवे दी जवान गली विच खड़दी मारी है ओ होवे दी जवान गली विच खड़दी मारी है अगे साडा पहरावा वर्ल्ड च कितने भी सर्च करके देख लो पंजाबियों के नाल दा पहरावा कि तैनू थियाऊगा पर कुछ चीजा गलत हो गई कहिंदा है ओ जीन शीन नाल फपता ही नहीं चूड़ा मुटियारा नू ओ सिर ते टोपी पाउणा सौंदा नहीं सरदारा नू ओ जीन शीन नाल फपता ही नहीं चूड़ा मुटियारा नू ओ सिर ते टोपी पाउणा सौंदा नहीं सरदारा नू ओ थाने ते कचहरी टोरी कपड़े पाइए ना ओए मिलदे विच नसीबा था था हाथ वखाइए ना ओए मिलदे विच नसीबा था था हाथ वखाइए ना मिलना ओ ही है जो साडे मुकद्दरां च लिखिया है पर परमेश्वर दा सच्चे दिलों ना लैना साडे दुख कटे जांदे ने सो उहनां ने साडे 11वें गुरु मौजूदा गुरु तां तां श्री गुरु ग्रंथ साहिब महाराज जी ने बाणी लिखी है सच है लो जी क्योंकि जदों ये लोग तथ लिखे जाते हैं या बाणी की कुछ गल्लां ने लोगों लिखिया जाने ने कि आने वाली पीढ़ियां इन्हों पढ़ के इन्हें अमल कर अपनी जिंदगी सीधे रस्ते पाउन सो एक कुछ चुनिंदा लोगों के लिखे जाते हैं हारी सारी नहीं कि आ लोगों तो सचेत हो जाए की कहिंदा है हो कक्का पूरा याद मी ते मुछा वाली रन उस समय नाल कहिंदे ने चढ़ा जाते चन ओ कक्का पूरा याद मी ते मुछा वाली रन उस समय नाल कहिंदे ने चढ़ा जांदे चन ओए करिए तबार ना कदे भी खजदा ओए कदे भी खजदा रन्ना दा शकीन अते रन्ना दा शकीन अते जुए बाज बहुता चिर नहीं हो बचदा रन्ना दा शकीन अते जुए बाज बहुता चिर नहीं हो बचदा ਉਸ ਸਮੇਂ ਨਾਲ ਕਹਿੰਦੇ ਨੇ ਚੜਾ ਜਾਂਦੇ ਚੰਨ ਕੱਕਾ ਬੁਰਾ ਆਦਮੀ ਤੇ ਮੁੱਛਾਂ ਵਾਲੀ ਰਨ ਉਸ ਸਮੇਂ ਨਾਲ ਕਹਿੰਦੇ ਨੇ ਚੜਾ ਜਾਂਦੇ ਚੰਨ ਹੋ ਕਰੀਏ ਤਬਾਰ ਨਾ ਕਦੇ ਵੀ ਖੱਜਦਾ ਹਾਂ ਕਦੇ ਵੀ ਖੱਜਦਾ ਰੰਨਾ ਦਾ ਸ਼ਕੀਨ ਅਤੇ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਵੱਜਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਵੱਜਦਾ लग कहनी मापे छड़ी दे ओ सोग वाले घरे नहीं ओ दंद कटी दे नार पिछे लग कहनी मापे छड़ी दे ओ सोग वाले घरे नहीं ओ दंद कटी दे बुड्ढे वाले इश्क कदे नहीं जचदा हां कदे नहीं जचदा
ਰੰਨਾ ਦਾ ਸ਼ਕੀਨ ਅਤੇ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬੋਤਾ ਚਿਰ ਨਹੀਂ ਉਹ ਬਚਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬੋਤਾ ਚਿਰ ਨਹੀਂ ਉਹ ਬਚਦਾ ਅੰਮ੍ਰਿਤ ਛਕ ਕੇ ਨੀ ਭੰਗ ਕਰੀਦਾ ਉਹ ਸੂਟੇ ਵਾਲੇ ਬੰਦੇ ਦਾ ਨੀ ਸੰਗ ਕਰੀਦਾ ਅੰਮ੍ਰਿਤ ਛਕ ਕੇ ਨੀ ਭੰਗ ਕਰੀਦਾ ਉਹ ਸੂਟੇ ਵਾਲੇ ਬੰਦੇ ਦਾ ਨੀ ਸੰਗ ਕਰੀਦਾ ਮਿੱਤਰੋ ਸਮਾਨ ਹੱਡ ਜਾਂਦਾ ਰੱਜਦਾ ਹਾਂ ਵੀ ਜਾਂਦਾ ਰੱਜਦਾ ਰੰਨਾ ਦਾ ਸ਼ਕੀਨ ਅਤੇ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਨਹੀਂ ਵੈਰ ਭੁੱਲਦੇ ਉਹ ਚੋਰ ਦੇ ਵੀ ਇੱਕ ਦਿਨ ਭੇਦ ਖੁੱਲਦੇ ਸੱਪ ਨਹੀਂ ਵੈਰ ਭੁੱਲਦੇ ਉਹ ਚੋਰ ਦੇ ਵੀ ਇੱਕ ਦਿਨ ਭੇਦ ਖੁੱਲਦੇ ਪੱਲੜਾ ਹਮੇਸ਼ਾ ਭਾਰੀ ਹੁੰਦਾ ਸੱਚ ਦਾ ਹਾਂ ਭਾਈ ਹੁੰਦਾ ਸੱਚ ਦਾ ਰੰਨਾ ਦਾ ਸ਼ਕੀਨ ਅਤੇ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਅੱਜ ਮੈਂ ਗੱਲ ਕਰਨ ਲੱਗਾ ਲਾਸਟ ਵਿੱਚ ਇਹ ਬਹੁਤ ਗਲਤ ਹੈ ਕਿਉਂਕਿ ਕਿਸੇ ਇੱਕ ਦਾ ਹੋ ਜਾਣਾ ਚਾਹੀਦਾ ਥਾਂ ਥਾਂ ਸਿਰ ਨਹੀਂ ਚੁਕਾਉਣਾ ਚਾਹੀਦਾ ਕਹਿੰਦਾ ਹੋ ਪਤੀ ਦੇ ਪੈਸੇ ਤੇ ਜਿਹੜੀ ਯਾਰ ਪਾਲਦੀ ਉਹ ਹੋਣੀ ਬਦਕਾਰ ਨਹੀਂ ਕੋਈ ਉਹਦੇ ਨਾਲ ਦੀ ਪਤੀ ਦੇ ਪੈਸੇ ਤੇ ਜਿਹੜੀ ਯਾਰ ਪਾਲਦੀ ਉਹ ਹੋਣੀ ਬਦਕਾਰ ਨਹੀਂ ਕੋਈ ਉਹਦੇ ਨਾਲ ਦੀ ਰੰਮੀ ਨੂੰ ਤਾਂ ਸਾਬ ਖਰੀਆਂ ਹੀ ਦੱਸਦਾ ਖਰੀਆਂ ਹੀ ਦੱਸਦਾ ਰੰਨਾ ਦਾ ਸ਼ਕੀਨ ਅਤੇ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਰੰਨਾ ਦਾ ਸ਼ਕੀਨ ਅਤੇ ਜੂਏ ਬਾਜ ਬਹੁਤਾ ਚਿਰ ਨਹੀਂ ਉਹ ਬਚਦਾ ਦੁਨੀਆਂ ਤੇਰੀ ਮਾਲਕਾ ਓਏ ਪੈ ਗਈ ਕਿਹੜੇ ਰਾਹ ਉਹ ਸਮਝ ਨਹੀਂ ਆਉਂਦੀ ਮਾਲਕਾ ਕੀ ਗਿਆ ਜ਼ਮਾਨਾ ਆ ਇਹ ਦੁਨੀਆਂ ਤੇਰੀ ਮਾਲਕਾ ਓਏ ਪੈ ਗਈ ਕਿਹੜੇ ਰਾਹ ਉਹ ਸਮਝ ਨਹੀਂ ਆਉਂਦੀ ਮਾਲਕਾ ਕੀ ਗਿਆ ਜ਼ਮਾਨਾ ਆ ਭੁੱਲ ਬੈਠੇ ਨੇ ਵਿਰਸਾ ਆਪਣਾ ਓਏ ਸ਼ਰਮਾ ਨੇ ਹੁਣ ਲਾਈਆਂ ਉਹ ਕੀ ਬਣੇਗਾ ਇਸ ਦੁਨੀਆਂ ਦਾ ਦੱਸ ਮੇਰਿਆ ਸਾਈਆਂ ਉਹ ਕੀ ਬਣੇਗਾ ਇਸ ਦੁਨੀਆਂ ਦਾ ਦੱਸ ਮੇਰਿਆ ਸਾਈਆਂ ਅੱਗੇ ਕਹਿੰਦਾ ਕਿਉਂਕਿ ਭਾਜੀ ਮੈਂ ਅਕਸਰ ਗੱਲ ਕਰਦਾ ਹਾਂ ਕਿ ਸਾਡੇ ਸੰਸਾਰ ਵਿੱਚ ਕੋਈ ਵੀ ਚਾਹੇ ਕੋਈ ਵੀ ਮੁਲਕ ਹੋਵੇ ਕੋਈ ਵੀ ਕੌਮ ਹੋਵੇ ਉਹਨਾਂ ਦੇ ਵਿੱਚ ਪਰਦੇ ਹੁੰਦੇ ਨੇ ਜਦੋਂ ਪਰਦੇ ਉੱਠ ਜਾਂਦੇ ਨੇ ਫਿਰ ਖਿਲਾਰੇ ਪੈ ਜਾਂਦੇ ਨੇ ਮਾਂ ਦਾ ਧੀ 'ਚ ਪਰਦਾ ਹੁੰਦਾ ਹੈ ਪੁੱਤ ਦਾ ਪਿਓ 'ਚ ਪਰਦਾ ਹੁੰਦਾ ਹੈ ਜਦੋਂ ਪਿਓ ਪੁੱਤ ਦਾ ਪਰਦਾ ਉੱਠ ਜਾਂਦਾ ਹੈ ਫਿਰ ਪਿਓ ਦੀ ਦਾੜੀ ਪੁੱਤ ਦੇ ਹੱਥ ਆ ਜਾਂਦੀ ਹੈ ਅਤੇ ਜਦੋਂ ਮਾਂ ਅਤੇ ਧੀ ਦਾ ਉੱਠ ਜਾਂਦਾ ਹੈ ਫਿਰ ਮਾਂ ਦੇ ਵਾਲ ਧੀ ਦੇ ਹੱਥ 'ਚ ਆ ਜਾਂਦੇ ਨੇ ਪਰਦਾ ਬਹੁਤ ਜ਼ਰੂਰੀ ਹੈ ਸਾਡੇ ਰਿਸ਼ਤਿਆਂ ਵਿੱਚ ਰਿਸ਼ਤੇ ਨਿਭਦੇ ਉਦੋਂ ਨੇ ਜਿਹੜੇ ਪਰਦੇ ਹੋਣ ਕੀ ਕਹਿੰਦਾ
मावां धीआं वाली इत्थे कोई रही नहीं गल उठ गए ने पर्दे विचों वे कोई रहा नहीं हल ओए मावां धीआं वाली इत्थे कोई रही नहीं गल उठ गए ने पर्दे विचों वे कोई रहा नहीं हल ओ पणियां फिरन सहेलियां इत्थे वे जोट ढोने जाइयां ओ की बनेगा इस दुनिया दा दस मेरे आसाइयां ओ की बनेगा इस दुनिया दा दस मेरे आसाइयां ये गल्लां समाज ही विचरदियां ने तो कोई गुस्से गिले की लोड़ नहीं क्योंकि सच है सच सच रहिंदा है कदी मरदा नहीं क्योंकि इस चीज़ां नूं जे पिछे इतिहास बीत गया है हिस्टरी साड़ी पिछे है तो वह तां बीती है कि अगलियां आने वाली पीढ़ियां नूं वेख के चंगे काम करन की कहिंदा है अगे कहिंदा है वीर की गल भैन वीर का रिश्ता बहुत पवित्र बड़े पर्दे होंदे ने इहदे च की कहिंदा है हो वीरे आखदा भैणे नी करवा दे मेरा हल ਉਈ ਆਪਣੀ ਉਸ ਸਹੇਲੀ ਨਾ ਕਰਵਾ ਦੇ ਮੇਰੀ ਗੱਲ ਉਹ ਵੀਰ ਆਖਦਾ ਭੈਣੇ ਨੀ ਕਰਵਾ ਦੇ ਮੇਰਾ ਹੱਲ ਉਈ ਆਪਣੀ ਉਸ ਸਹੇਲੀ ਨਾ ਕਰਵਾ ਦੇ ਮੇਰੀ ਗੱਲ ਓਏ ਉਹ ਕੀ ਰੋਕੂਗਾ ਭੈਣ ਨੂੰ ਜਿੰਨੇ ਵਾ ਆਪ ਹੀ ਸ਼ਰਮਾ ਲਾਈਆਂ ਉਹ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਉਹ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਭੈਣ ਦਾ ਡਰ ਭੈਣ ਨੂੰ ਸਭ ਤੋਂ ਵੱਧ ਡਰ ਆਪਣੇ ਵੀਰ ਦਾ ਹੁੰਦਾ ਹੈ ਜਦੋਂ ਵੀਰ ਹੀ ਇੰਨੀ ਗੱਲ ਕਹਿ ਦੇਵੇ ਤਾਂ ਉਹਦੀਆਂ ਲਗਾਮਾਂ ਆਪਣੇ ਆਪ ਢਿੱਲੀਆਂ ਹੋ ਜਾਣਗੀਆਂ ਸੋ ਬੜਾ ਜ਼ਰੂਰੀ ਹੈ ਰਿਸ਼ਤੇ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਕਹਿੰਦਾ ਇਹ ਜੋ ਮੈਂ ਗੱਲ ਕਰਨ ਜਾ ਰਿਹਾ ਸਰਪੰਚ ਸਾਹਿਬ ਇਹ ਚੰਡੀਗੜ੍ਹ ਇੱਕ ਕੋਠੀ ਦੇ ਵਿੱਚ ਆਪਾਂ ਆਪ ਦੇਖੀ ਸੀ ਮੈਂ ਤੇ ਸਾਹਿਬ ਵੀਰ ਗਏ ਸੀ ਸਾਡੇ ਦੋਸਤ ਦਾ ਗਾਂ ਦੋਸਤ ਸੀ ਉਹਨਾਂ ਘਰ ਫੰਕਸ਼ਨ ਸੀਗਾ ਉਹਨਾਂ ਦੇ ਚਾਚੇ ਤਾਇਆਂ 'ਚ ਕੋਈ ਬਜ਼ੁਰਗ ਬੈਠਾ ਸੀਗਾ ਮੰਜੀ 'ਤੇ ਉਹ ਤੜਫ ਰਿਹਾ ਸੀ ਪਰ ਉਹ ਆਪਣੇ ਕੁੱਤੇ ਨੂੰ ਜਾਂ ਆਪਣੀ ਥਾਰ ਦੇ ਵਿੱਚ ਲੱਦ ਕੇ ਘੁਮਾਉਣ ਖੜ ਰਿਹਾ ਸੀ ਕਹਿੰਦਾ ਉਦੋਂ ਇੱਕ ਚੀਜ਼ ਲਿਖੀ ਸੀ ਕਹਿੰਦਾ ਹੁਕਾਰਾਂ ਕੋਠੀਆਂ ਵਿੱਚ ਰਹਿੰਦੇ ਨੇ ਠੋਂਦਾ ਹੀ ਨਹੀਂ ਕੋਈ ਸੁੱਤਿਆਂ ਨੂੰ ਉਹ ਰੰਮੀ ਮਾਪਿਆਂ ਦਾ ਸਤਿਕਾਰ ਨਹੀਂ ਰਹਿ ਗਿਆ ਵੇ ਪਿਆਰ ਨੇ ਕਰਦੇ ਕੁੱਤਿਆਂ ਨੂੰ ਹੁਕਾਰਾਂ ਕੋਠੀਆਂ ਵਿੱਚ ਰਹਿੰਦੇ ਨੇ ਠੋਂਦਾ ਹੀ ਨਹੀਂ ਕੋਈ ਸੁੱਤਿਆਂ ਨੂੰ ਉਹ ਰੰਮੀ ਮਾਪਿਆਂ ਦਾ ਸਤਿਕਾਰ ਨਹੀਂ ਰਹਿ ਗਿਆ ਵੇ ਪਿਆਰ ਨੇ ਕਰਦੇ ਕੁੱਤਿਆਂ ਨੂੰ ਉਹ ਲਾਜ ਦੇ ਹੱਥੋਂ ਬਾਪੂ ਮਰ ਗਿਆ ਵੇ ਬੈਡ ਬੁੱਲ ਨੂੰ ਦੇਣ ਦਵਾਈਆਂ ਉਹ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਉਹ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਅਸਲੀਅਤ ਹੈ ਵਾਕਿਆ ਇੱਦਾਂ ਹੋ ਰਿਹਾ ਹੈ ਇਹ ਹੋ ਕਿਉਂ ਰਿਹਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਅੱਜ ਕੱਲ੍ਹ ਦੇ ਸਾਡੇ ਬੱਚੇ ਉਨੀ ਸਾਡੀ ਮਾਪਿਆਂ ਦੀ ਨਹੀਂ ਮੰਨਦੇ ਜਿੰਨੀ ਉਹ ਸੈਲੀਬ੍ਰਿਟੀ ਦੀ ਮੰਨਦੇ ਨੇ ਕਲਾਕਾਰਾਂ ਦੀ ਜੇ ਉਹ ਥਾਰ ਮਸ਼ਹੂਰ ਕਰ ਦਿੱਤੀ ਹੈ ਤਾਂ ਆਪਣੇ ਮਾਪਿਆਂ ਨੂੰ ਤੰਗ ਕਰਨਾ ਕਿ ਕਰਜ਼ੇ ਚੁੱਕ ਚੁੱਕ ਥਾਰਾਂ ਦੇ ਦਿਓ ਹਰ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਜੱਟਾਂ ਦੀਆਂ ਮਜਬੂਰੀਆਂ ਨੇ ਐਡੇ ਕੋਈ ਸ਼ਾਹੂਕਾਰ ਨਹੀਂ ਅਸੀਂ ਜੱਟ ਪਰਿਵਾਰਾਂ 'ਚੋਂ ਹਾਂ ਇੱਥੋਂ ਨਿਕਲੇ ਹਾਂ ਇਹਨਾਂ ਨੇ ਸਾਰੀ ਚੀਜ਼ਾਂ ਦਾ ਅਕਸ ਵਿਗਾੜਿਆ ਹੈ ਅਸੀਂ ਚੰਡੀਗੜ੍ਹ ਮੋਹਾਲੀ ਅਸਰ ਦੇਖਦੇ ਰਹਿੰਦੇ ਹਾਂ ਕਿ ਕੋਈ ਥਾਰਾਂ ਕੋਈ ਇੰਨਾ ਕੁਝ ਹੋ ਰਿਹਾ ਦੁਨੀਆਂ ਵਿੱਚ ਦੇਖਦੇ ਹੈਰਾਨ ਹੁੰਦੇ ਹਾਂ ਕਿ ਵਾਕਿਆ ਹੀ ਕਿ ਅਸੀਂ ਵੀ ਇਸੇ ਦੌਰ 'ਚੋਂ ਨਿਕਲੇ ਹਾਂ ਪਰ ਇੱਦਾਂ ਨਹੀਂ ਸੀ ਕਦੀ ਕੀਤਾ ਮੈਂ ਅੱਜ ਵੀ ਗੱਲ ਕਰ ਰਿਹਾ ਸੀਗਾ ਸਵੇਰੇ ਸ਼ੋਅ 'ਤੇ ਕਿ ਜਦੋਂ ਕਿਸੇ ਵੀ ਪਿੰਡ ਵਿੱਚ ਕੋਈ ਵੀ ਕਲਾਕਾਰ ਆਉਂਦਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਜ਼ੁਬਾਨ ਦਿੱਤੀ ਹੈ ਬੋਲਣ ਲਈ ਦਿੱਤੀ ਹੈ ਜਦੋਂ ਕੋਈ ਸਟੇਜ 'ਤੇ ਆਣ ਕੇ ਗੰਦੀ ਚੀਜ਼ ਜਾਂ ਗੰਦੀ ਗੱਲ ਕਰੇ ਉਹਨੂੰ ਉਸ ਵੇਲੇ ਟੋਕ ਦਿਓ ਕਿ ਕਾਕਾ ਜੇ ਗਾਉਣਾ ਚੰਗਾ ਗਾ ਨਹੀਂ ਤਾਂ ਥੱਲੇ ਉੱਤਰ ਜਾ ਹਮੇਸ਼ਾ ਚੰਗਾ ਸੁਣਿਆ ਕਰੋ ਕਿਉਂਕਿ ਇੱਥੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਬੈਠੀਆਂ ਹੁੰਦੀਆਂ ਨੇ ਸਾਨੂੰ ਕਲਾਕਾਰ ਜਦੋਂ ਸੁਣਾਉਂਦੇ ਨੇ ਜਦੋਂ ਉਹ ਚੀਜ਼ ਅੱਗੇ ਬੋਲਦੇ ਨੇ ਤਾਂ ਲੋਕ ਐਕਸੈਪਟ ਕਰਦੇ ਨੇ ਤਾਂ ਚੀਜ਼ ਅੱਗੇ ਵੱਧਦੀ ਹੈ ਨਾ ਅਸੀਂ ਕਹਿੰਦੇ ਹੁੰਦੇ ਸੀ ਚਮਕੀਲਾ ਨਹੀਂ ਸੀ ਮਾੜਾ ਸੋਚ ਸੀ ਮਾੜੀ ਲੋਕਾਂ ਦੀ ਚਮਕੀਲਾ ਤਾਂ ਸੁਣਾਉਂਦਾ ਸੀ ਲੋਕ ਸੁਣਦੇ ਸੀ ਜੇ ਲੋਕ ਨਕਾਰਦੇ ਚਮਕੀਲਾ ਕਦੇ ਵੀ ਨਾ ਗਾਉਂਦਾ ਇਹ ਸਾਡੇ 'ਤੇ ਨਿਰਭਰ ਹੈ ਲੋਕਾਂ 'ਤੇ ਆਪਾਂ ਕਿਹੜੀ ਚੀਜ਼ ਸੁਣਨੀ ਹੈ ਕਿਹੜੀ ਨਹੀਂ ਸੁਣੀ ਕਿਉਂਕਿ ਸਾਨੂੰ ਸੁਣਾ ਰਹੇ ਹਾਂ ਸੋ ਕੀ ਕਹਿੰਦਾ ਹੈ ਅੱਗੇ ਗੱਲ ਆ ਜਾਂਦੀ ਹੈ ਤੀਆਂ ਦੀ ਫਿਰ ਕਹਿੰਦਾ ਹੋ ਲੱਗ ਯਾਰ ਦੇ ਪਿੱਛੇ ਹੁਣ ਤਾਂ ਧੀ ਰੋਲਦੀ ਪੱਗ ਉਹ ਮਾਪਿਆਂ ਦੀ ਵੀ ਮੰਨਣੋਂ ਹਟ ਗਈ ਵਹ ਜਿਨਾ ਵਿਖਾਇਆ ਜੱਗ ਹੋ ਲੱਗ ਯਾਰ ਦੇ ਪਿੱਛੇ ਹੁਣ ਤਾਂ ਧੀ ਰੋਲਦੀ ਪੱਗ ਉਹ ਮਾਪਿਆਂ ਦੀ ਵੀ ਮੰਨਣੋਂ ਹਟ ਗਈ ਵਹ ਜਿਨਾ ਵਿਖਾਇਆ ਜੱਗ ਓਏ ਲਾਡਾਂ ਦੇ ਨਾਲ ਪਾਲੀਆਂ ਹੁਣ ਤਾਂ ਓਏ ਪਾਉਣ ਲੱਗ ਪਈਆਂ ਫਾਈਆਂ
ओ की बनेगा इस दुनिया दा दस मेरे आसाइया, ओ की बनेगा इस दुनिया दा दस मेरे आसाइया। मैं गल कहना हुना है कि साड़ा जो जिस्म है सिर्फ वो लिए है जिन्हें ना असं व्याह जाने, सिर्फ वो देख सकता है ना कि कोई हारी सारी। यह साड़ा पहरावा साड़ा बड़े अहमियत रखता है, पर लोग समझते नहीं। कहता है अंग प्रदर्शन हो गया पाला वे बर लभन मुटियारा, ओ बाकी रम्मी कसर नी छड़ी वे अज दिया ए कलाकारा, ओ अंग प्रदर्शन हो गया पाला वे बर लभन मुटियारा, ओ बाकी रम्मी कसर नी छड़ी वे अज दिया ए कलाकारा, ओ साब कहे पण गोटे वाला वे रोबा करी भलाइया, ओ की बनेगा इस दुनिया दा दस मेरे आसाइया, ओ की बनेगा इस दुनिया दा दस मेरे आसाइया। साडा वीर है आपां नूं वड्डा भरा असल दिलों मानते हैं, चाहे घर जन्म नहीं लिया पर साडे भरा नाल वध के है, जो लिखता है सच लिखता है, साडी सोच बड़ी रलदी है, साडी वध तों वध कोशिश हुंदी है कि इहदियां चीज़ां गाईआं जाण। सो अगे गौर करो, तो सरपंच साहब तुसी अज सानू इस जगह पर सद के सब तो पहला तो बहुत बहुत धन्यवाद करते हैं, सद के बहुत वधिया कीता, क्योंकि जे किसी के मन च भी कोई माड़ा विचार होगा अज वह सुन के वॉश हो जूगा, क्योंकि माड़े काम का माड़ा नतीजा होंदा है। बड़ा वधिया पिंड है, बड़े वधिया लोग ने इत्थों दे, बड़ी वधिया सोच है इत्थों दी, बड़े प्यार नाल सुन रहे, बड़ा मान बख्श रहे हो, क्योंकि अजकल बच्चे माँ प्यो की नहीं सुनते जिनी कलाकार की सुनते हैं, पर कलाकार सुनाई गंद जाते बच्चे भी बेचारे की करते। सो कहते सुनते ने सुना वाला होना चाहिए। सो असी आ गए हैं, सब वधिया हो जाएगा हौली हौली। लो जी हुण इस विच यार की गल की है, यारियां तो परहेज करया करो, चंगे वधिया इंसान ना यारी पाया करो। कहते यारी ज़्यादा उहदे नाल गूढ़ी करता है कोई बंदे जिदी जां सोहणी घर दी हुंदी है जां भैण। यार परखी है निगाह, निगाह इस तरीके नाल बना लो कि अखां पढ़नियां सीखो कि बंदा किस तरीके नाल देखता है, कि साडे घर जांदा है साडी रसोई वल तो नहीं देखता रहिंदा। बड़ियां गल्लां नोट करन वालियां यारी वो पा इस हिसाब नाल लैंदे ने कि उह अन्याय कर दिंदे ने अगले नूं, कुछ देखदा नहीं है, क्योंकि प्यार चीज़ ऐसी है। की कहिंदा है, जीते नाल बह के खाइए ओ पिछा ना कदे तकाइए, जीते नाल बह के खाइए ओ पिछा ना कदे तकाइए, यारी जे ला लईए करिए ना शेक थाली विच जिस विच बैठा लईए, करिए ना शेक थाली विच। आजा भाई नल बह के खाइए पिछा ना कदे तकाइए, जीते नल बह के खाइए पिछा ना कदे तकाइए, यारी जे ला लईए करिए ना शेक थाली विच जिस विच बैठा लईए, करिए ना शेक थाली विच जिस विच बैठा लईए, करिए ना शेक थाली विच। सुनियो जीते नल पग वटाउणी ओदी ही नाल टकाउणी, जीते नल पग वटाउणी ओदी ही भैन टकाउणी, लंका फिर ढा जांदा है, लंका फिर ढा जांदा है, ओ लंका फिर ढा जांदा है, लंका फिर ढा जांदा है, पैती जो करदा है एदा दे काम कोई बंदा लाड़ दी करदा है, एदा दे काम कोई बंदा लाड़ दी करदा है।
ਪਿਤਾ ਦੀ ਧੀ ਹੁੰਦੀ ਐ ਜਿਹੜੀ ਪੱਗ ਰੋਲ ਦਵੇ ਮੈਨੂੰ ਆ ਖਤਰਾ ਮਾਪਿਓ ਥਾਣੇ ਵਿੱਚ ਬੋਲ ਦਵੇ ਉਹ ਕਾਦੀ ਧੀ ਹੁੰਦੀ ਐ ਜਿਹੜੀ ਪੱਗ ਰੋਲ ਦਵੇ ਮੈਨੂੰ ਆ ਖਤਰਾ ਮਾਪਿਓ ਥਾਣੇ ਵਿੱਚ ਬੋਲ ਦਵੇ ਸੂਲੀ ਤੇ ਟੰਗ ਕੇ ਰੱਖਦੇ ਨੇਜੇ ਤੇ ਟੰਗ ਕੇ ਰੱਖਦੇ ਸੂਲੀ ਤੇ ਟੰਗ ਕੇ ਰੱਖਦੇ ਉਹ ਨੇਜੇ ਤੇ ਟੰਗ ਕੇ ਰੱਖਦੇ ਘਰਦਿਆਂ ਚੋਚੀਆਂ ਨੂੰ ਤਾਈਓ ਤਾਂ ਲੋਕ ਮਾਰਦੇ ਕੁੱਖਾਂ ਵਿੱਚ ਧੀਆਂ ਨੂੰ ਤਾਈਓ ਤਾਂ ਲੋਕ ਮਾਰਦੇ ਕੁੱਖਾਂ ਵਿੱਚ ਧੀਆਂ ਨੂੰ ਤਾਈਓ ਤਾਂ ਲੋਕ ਮਾਰੇ ਅੱਗੇ ਕਹਿੰਦਾ ਹੈ ਪੁੱਤਰ ਦੀ ਗੱਲ ਹੈ ਕਹਿੰਦਾ ਹੋ ਪੁੱਤਰ ਉਹ ਕਾਹਦਾ ਜਿਹੜਾ ਮਾਪੇ ਦੁਦਕਾਰ ਦਵੇ ਲੱਗ ਕੇ ਬਈ ਨਾਰ ਦੇ ਪਿੱਛੇ ਕੰਧਾ ਘਰ ਮਾਰ ਦਵੇ ਉਹ ਕਾਹਦਾ ਜਿਹੜਾ ਮਾਪੇ ਦੁਦਕਾਰ ਦਵੇ ਲੱਗ ਕੇ ਬਈ ਨਾਰ ਦੇ ਪਿੱਛੇ ਕੰਧਾ ਘਰ ਮਾਰ ਦਵੇ ਹੋਣਾ ਨਹੀਂ ਅੱਡ ਕਦੇ ਵੀ ਉਹ ਹੋਣਾ ਨਹੀਂ ਅੱਡ ਕਦੇ ਵੀ ਹੋਣਾ ਨਹੀਂ ਅੱਡ ਕਦੇ ਵੀ ਉਹ ਹੋਣਾ ਨਹੀਂ ਅੱਡ ਕਦੇ ਵੀ ਭੁੱਲ ਜਾਵੇ ਵਾਦੇ ਜੇ ਲੱਗ ਜਾਵੇ ਨਾਰ ਦੇ ਪਿੱਛੇ ਬੰਦਾ ਉਹ ਕਾਹਦਾ ਜੇ ਲੱਗ ਜਾਵੇ ਨਾਰ ਦੇ ਪਿੱਛੇ ਬੰਦਾ ਉਹ ਕਾਹਦਾ ਜੇ ਲੱਗ ਜਾਵੇ ਨਾਰ ਦੇ ਪਿੱਛੇ ਵਿੱਚ ਪੈਰ ਪਵਾ ਦੇ ਹੁੰਦੀ ਉਹ ਨਾਰ ਬੁਰੀ ਕਰਦੇ ਘਰ ਖੇਰੂੰ ਖੇਰੂੰ ਰੱਖੇ ਜੋ ਖਾਰ ਬੁਰੀ ਭਾਈਆਂ ਵਿੱਚ ਵੈਰ ਪਵਾ ਦੇ ਹੁੰਦੀ ਉਹ ਨਾਰ ਬੁਰੀ ਕਰਦੇ ਘਰ ਖੇਰੂੰ ਖੇਰੂੰ ਰੱਖੇ ਜੋ ਖਾਰ ਬੁਰੀ ਸੱਚ ਹੈ ਪਾਵੇ ਜੋ ਨਿਤ ਕਲੇਸ਼ਾਂ ਰੱਖੇ ਜੋ ਨਿਤ ਕਲੇਸ਼ਾਂ ਪਾਵੇ ਜੋ ਨਿਤ ਕਲੇਸ਼ਾਂ ਰੱਖੇ ਜੋ ਨਿਤ ਕਲੇਸ਼ਾਂ ਇੱਕ ਦਿਨ ਜੇ ਪੈ ਜਾਂਦੀ ਏਦਾਂ ਦੀ ਨਾਰ ਬਈ ਲੋਕੋ ਲੈ ਕੇ ਜੇ ਬਹਿ ਜਾਂਦੀ ਏਦਾਂ ਦੀ ਨਾਰ ਬਈ ਲੋਕੋ ਲੈ ਕੇ ਜੇ ਬਹਿ ਜਾਂਦੀ ਏਦਾਂ ਦੀ ਨਾਰ ਬਈ ਲੋਕੋ ਲਾਸਟ ਉਹੀ ਗੱਲ ਆ ਗਈ ਕਹਿੰਦਾ ਚੁੱਲੇ ਵੱਲ ਚੱਕ ਹੈ ਜਿਹੜਾ ਉਹ ਕਾਹਦਾ ਯਾਰ ਹੁੰਦਾ ਮਤਲਬ ਲਈ ਲਾਵੇ ਯਾਰੀ ਦਿਲ ਵਿੱਚ ਨਹੀਂ ਪਿਆਰ ਹੁੰਦਾ ਵੱਲ ਚੱਕ ਹੈ ਜਿਹੜਾ ਉਹ ਕਾਹਦਾ ਯਾਰ ਹੁੰਦਾ ਮਤਲਬ ਲਈ ਲਾਵੇ ਯਾਰੀ ਉਹ ਦਿਲ ਵਿੱਚ ਨਹੀਂ ਪਿਆਰ ਹੁੰਦਾ ਸਾਬਪਣ ਗੋਟੇ ਵਾਲਿਆ ਸਾਬਪਣ ਗੋਟੇ ਵਾਲਿਆ ਸਾਬਪਣ ਗੋਟੇ ਵਾਲਿਆ ਸਾਬਪਣ ਗੋਟੇ ਵਾਲਿਆ ਕੀ ਫਾਇਦਾ ਯਾਰੀ ਦਾ ਏਦਾਂ ਦਾ ਬੰਦਾ ਲੋਕੋ ਘਰ ਵਿੱਚ ਨਹੀਂ ਵਾਰੀ ਦਾ ਏਦਾਂ ਦਾ ਬੰਦਾ ਲੋਕੋ ਘਰ ਵਿੱਚ ਨਹੀਂ ਵਾਰੀ ਦਾ ਏਦਾਂ ਦਾ ਬੰਦਾ ਲੋਕੋ ਘਰ ਵਿੱਚ ਨਹੀਂ ਵਾਰੀ ਦਾ ਸੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਪਤਾ ਲੱਗ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਸੁਣਦਾ ਮਜ਼ਾ ਆ ਰਿਹਾ ਜੇ ਇੱਦਾਂ ਕੋਈ ਪਿਆਰ ਨਾਲ ਸੁਣਦਾ ਤਾਂ ਫਿਰ ਸਾਨੂੰ ਗਾਉਣ ਦਾ ਵੀ ਬੜਾ ਮਜ਼ਾ ਆਉਂਦਾ ਕਿਉਂਕਿ ਤੁਸੀਂ ਅੱਜ ਵੀ ਤੁਹਾਡੇ ਅੰਦਰ ਜ਼ਮੀਰ ਜਾਗਦੀ ਆ ਜਿਹੜੇ ਤੁਸੀਂ ਸੱਚ ਨੂੰ ਬਰਦਾਸ਼ਤ ਕਰ ਰਹੇ ਹੋ ਸੋ ਇੱਦਾਂ ਸੱਚ ਸੁਣਿਆ ਕਰੋ ਲਓ ਜੀ ਰਿਵਰਬ ਦੇ ਦਿਓ ਭਾਈ ਜੀ
ਇਹ ਉਹ ਗੱਲਾਂ ਨੇ ਮੈਂ ਅਕਸਰ ਹੀ ਕਹਿੰਦਾ ਹੁੰਦਾ ਹਾਂ ਕਿ ਕਲਯੁਗ ਹੈ ਇਹ ਸੰਸਾਰ ਫਾਨੀ ਸੰਸਾਰ ਦੇ ਵਿੱਚ ਕਈ ਚੀਜ਼ਾਂ ਹੋ ਰਹੀਆਂ ਨੇ ਜੋ ਨਹੀਂ ਹੋਣੀਆਂ ਚਾਹੀਦੀਆਂ ਮੈਂ ਇੱਕ ਅਪੀਲ ਕਰਾਂਗਾ ਕਿ ਜਦੋਂ ਕਿਸੇ ਦੀ ਧੀ ਨਿਕਲ ਜਾਵੇ ਜਾਂ ਪੁੱਤ ਵੈਲੀ ਬਣ ਜਾਵੇ ਕਦੀ ਮਿਹਣਾ ਨਾ ਮਾਰਿਓ ਪਤਾ ਨਹੀਂ ਇਹ ਸੰਸਾਰ ਵਿੱਚ ਕੀ ਕੁਝ ਹੈ ਉਹ ਚੀਜ਼ਾਂ ਸਾਡੇ 'ਤੇ ਵੀ ਪੈ ਸਕਦੀਆਂ ਨੇ ਸਗੋਂ ਉਸ ਨੂੰ ਜਾ ਕੇ ਹੌਂਸਲਾ ਦਿਓ ਕਿ ਕੋਈ ਨਹੀਂ ਸਾਰੀ ਦੁਨੀਆ ਵਿੱਚ ਹੋ ਰਿਹਾ ਹੈ ਕਿਉਂਕਿ ਜਦੋਂ ਉਹਨੂੰ ਤਾਨੇ ਵੱਜਦੇ ਨੇ ਉਦੋਂ ਮੈਂਟਲੀ ਐਪਸੈਟ ਇੱਥੋਂ ਤੱਕ ਹੋ ਜਾਂਦਾ ਹੈ ਬੰਦਾ ਕਿ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਹੈ ਤੀਆਂ ਪੁੱਤ ਪਤਾ ਨਹੀਂ ਕਿਹੜੇ ਟਾਈਮ ਕਿਸ 'ਤੇ ਵਿਗੜ ਜਾਣ ਇਹ ਕੋਈ ਸਾਧੀ ਨਹੀਂ ਦਿੱਤੀ ਜਾਂਦੀ ਕਿਸੇ ਦੀ ਸੋ ਉਹਦੇ ਵਿੱਚੋਂ ਕੁਝ ਗੱਲਾਂ ਸੀ ਇਸ ਗੀਤ ਵਿੱਚ ਜਿਹੜਾ ਗੌਰ ਕਰੋ ਕੀ ਦੁਨੀਆ ਦੀ ਦੱਸਾਂ ਯਾਰੋ ਓਏ ਸੋਚ ਸੋਚ ਕੇ ਹੱਸਾਂ ਯਾਰੋ ਕੀ ਦੁਨੀਆ ਦੀ ਦੱਸਾਂ ਯਾਰੋ ਓਏ ਸੋਚ ਸੋਚ ਕੇ ਹੱਸਾਂ ਯਾਰੋ ਹੋ ਤਗੜੇ ਤਾਂ ਹੀ ਕਰੇ ਸਲਾਮਾਂ ਓਏ ਮਾੜੇ ਦੇ ਗਲ ਪੈਂਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਕਹਿੰਦਾ ਹੋ ਪੀਤੀ ਵਿੱਚ ਸ਼ਰਾਬੀ ਗੱਬੰਦਾ ਓਏ ਗਾਲ ਮਾੜੇ ਨੂੰ ਕੱਢਦਾ ਏ ਇਹ ਹਮੇਸ਼ਾ ਹੁੰਦਾ ਆ ਕਿ ਜੇ ਕਿਸੇ ਗਰੀਬ ਨੇ ਪੀਤੀ ਹੋਵੇ ਨਾ ਤੇ ਤਗੜਾ ਉਹਨੂੰ ਬੰਦਾ ਛਿੱਤਰ ਫੇਰ ਸਕਦਾ ਹੈ ਜੇ ਕਿ ਤਗੜੇ ਨੇ ਪੀਤੀ ਫਿਰ ਕੋਈ ਗੱਲ ਨਹੀਂ ਕਰਦਾ ਕਿਉਂਕਿ ਇਹ ਹਮੇਸ਼ਾ ਅਕਸਰ ਹੁੰਦਾ ਹੈ ਇਹ ਦੁਨੀਆ ਦਾ ਦਸਤੂਰ ਹੈ ਇਹ ਚੀਜ਼ਾਂ ਚੱਲਦੀਆਂ ਤੇ ਚੱਲਦੀਆਂ ਰਹਿਣਗੀਆਂ ਕਿਉਂਕਿ ਮਾਰੇ ਦਾ ਕੋਈ ਜ਼ੋਰ ਨਹੀਂ ਹੁੰਦਾ ਹਮੇਸ਼ਾ ਤਗੜਾ ਹੀ ਕਹਿੰਦਾ ਸੁਣਿਓ ਹੋ ਪੀਤੀ ਵਿੱਚ ਸ਼ਰਾਬੀ ਬੰਦਾ ਓਏ ਗਾਲ ਮਾੜੇ ਨੂੰ ਕੱਢਦਾ ਏ ਉਹ ਤਗੜੇ ਨੂੰ ਕਹੂ ਵੱਡੇ ਭਾਜੀ ਮਾੜੇ ਸਿਰ ਨਹੀਂ ਛੱਡਦਾ ਏ ਉਹ ਤਗੜੇ ਅੱਗੇ ਕਦੇ ਨਾ ਬੋਲੂ ਓਏ ਨੀ ਸੁਰਤ ਤਾਂ ਰਹਿੰਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਇਹ ਗੱਲਾਂ ਸੀ ਸਰਪੰਚ ਸਾਹਿਬ ਕਹਿੰਦੇ ਆ ਕਿ ਮਰਦ ਨੂੰ ਚੰਗੇ ਲੱਗਦੇ ਬੱਚੇ ਆਪਣੇ ਅਤੇ ਔਰਤ ਬਗਾਨੀ ਇਹ ਬੜੇ ਚਿਰਾਂ ਤੋਂ ਸਾਡੇ ਬਜ਼ੁਰਗ ਖਾਣ ਬੋਲਦੇ ਆਏ ਨੇ ਕਿਉਂਕਿ ਆਪਣੀ ਘਰ ਦੀ ਭਾਵੇਂ ਘਰ ਹੀਰ ਵਰਗੀ ਹੈ ਸੱਸੀ ਵਰਗੀ ਹੈ ਇੰਨਾ ਰੂਪ ਹੈ ਅਤੇ ਬਾਹਰ ਭਾਵੇਂ ਲੂਲੀ ਲੰਗੜੀ ਆ ਉਹਦੇ ਪਿੱਛੇ ਧੱਕੇ ਖਾਂਦੇ ਫਿਰਨਗੇ ਇਹ ਸੱਚ ਹੈ ਅਤੇ ਬੱਚਾ ਚਾਹੇ ਆਪਣਾ ਬੱਚਾ ਜਿੱਡਾ ਮਰਜ਼ੀ ਮਾੜਾ ਹੋਵੇ ਚਾਹੇ ਲੂਲਾ ਲੰਗੜਾ ਹੈ ਚਾਹੇ ਪੋਲੀਓ ਹੈ ਉਹਦੀਆਂ ਲਾਲਾਂ ਡਿੱਗਦੀਆਂ ਫਿਰ ਵੀ ਛਾਤੀ ਨਾਲ ਲਾਈਦਾ ਉਹ ਲਾਲਾਂ ਚੱਟੀ ਦੀਆਂ ਨੇ ਉਹਦੀਆਂ ਕਿਉਂਕਿ ਆਪਣਾ ਖੂਨ ਹੈ ਅਤੇ ਜਦੋਂ ਬਗਾਨਾ ਖੂਨ ਚਾਹੇ ਕੋਈ ਦੋਸਤ ਉਹਦਾ ਚੁੱਕ ਕੇ ਲੈ ਕੇ ਆਵੇ ਜਿੱਡਾ ਮਰਜ਼ੀ ਚਿੱਟਾ ਹੈ ਅੱਖਾਂ ਬਿੱਲੀਆਂ ਨੇ ਫਿਰ ਵੀ ਇਹਨੂੰ ਹੈਲੋ ਗੱਲ 'ਤੇ ਹੱਥ ਲਾ ਕੇ ਬਸ ਇੰਨਾ ਟਾਲ ਦੀਦਾ ਹੈ ਕਿਉਂਕਿ ਇਹ ਫਿਤਰਤ ਹੈ ਇਹ ਸੱਚ ਹੈ ਇਹ ਅਸਲੀਅਤ ਹੈ ਨਾਲ ਜਾਣੀ ਹੈ ਕੀ ਕਹਿੰਦਾ ਹੈ ਉਹ ਤਗੜੇ ਦਾ ਪੁੱਤ ਚੁੱਕ ਕੇ ਉਹਨੂੰ ਹਰ ਕੋਈ ਲਾਡੀਆਂ ਕਰਦਾ ਏ ਉਹ ਮਾੜੇ ਦਾ ਭਾਵੇਂ ਸੋਹਣਾ ਏ ਪਰ ਕੋਈ ਵੀ ਚਾਹ ਨਹੀਂ ਕਰਦਾ ਏ ਉਹ ਤਗੜੇ ਦਾ ਪੁੱਤ ਚੁੱਕ ਕੇ ਉਹਨੂੰ ਹਰ ਕੋਈ ਲਾਡੀਆਂ ਕਰਦਾ ਏ ਉਹ ਮਾੜੇ ਦਾ ਭਾਵੇਂ ਸੋਹਣਾ ਏ ਪਰ ਕੋਈ ਵੀ ਚਾਹ ਨਹੀਂ ਕਰਦਾ ਏ ਉਹ ਜਿੱਥੇ ਹੋਵੇ ਗੁੜ ਸੱਜਣ ਜੀ ਉੱਥੇ ਹੀ ਮੱਖੀ ਬਹਿੰਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਗੱਲ ਉਹੀ ਆ ਗਈ ਕਿਉਂਕਿ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਉਹ ਚਾਹੇ ਗਰੀਬ ਹੈ ਚਾਹੇ ਤਗੜਾ ਹੈ ਚਾਹੇ ਉਹ ਰਿਕਸ਼ੇ ਵਾਲਾ ਹੈ ਚਾਹੇ ਆਡੀਆਂ ਵਾਲਾ ਹੈ ਇੱਜ਼ਤ ਸਾਰਿਆਂ ਦੀ ਸਾਂਝੀ ਹੈ ਇੱਕੋ ਜਿਹੀ ਹੁੰਦੀ ਹੈ ਇਸ ਸੰਸਾਰ 'ਚ ਕਹਿੰਦਾ ਹੋਈ ਇੱਜ਼ਤ ਸਭ ਦੀ ਸਾਂਝੀ ਹੈ ਰੱਬ ਕਰੇ ਕਿਤੇ ਨਾ ਲੈ ਜਾਵੇ ਜਿਹੜੀ ਆਹ ਗੱਲ ਕਰਨ ਲੱਗੇ ਹਾਂ
ये बड़े गौर नाल सुनने वाली है, ये गल नूं दिल विच भायो, क्योंकि कभी भी किसी नूं मजाक नहीं करीदा, कभी किसी नूं मखौल नहीं करीदा, पता नहीं रब ने किहड़े वेले साडे ते टाइम लै आउणा है। जरा सुणियो की गल है। हो इज्जत सब दी सांझी है, रब करे किते ना लै जावे, माड़े दियां डारां बन जावन तगड़े ते मिट्टी पै जावे। ओ इज्जत सब दी सांझी है, रब करे किते ना लै जावे, माड़े दियां डारां बन जावन तगड़े ते मिट्टी पै जावे। माड़े दी कहंदे पुज गईआ, माड़े दी कहंदे निकल गई, तगड़े दी नानके रहिंदी आ। ओ चढ़दा लैंदा पासा दुनिया वे वेख ही लैंदी आ, ओ चढ़दा लैंदा पासा दुनिया वे वेख ही लैंदी आ। सो मैं बेनती करना चाहुंदा कि साडे दोवां वीरां दी उम्र इन्नी वड्डी नहीं जिन्नी परमात्मा ने साडी सोच वड्डी कीती है। जे असीं इन्ने छोटे हो गए इन्ना वड्डा सोच सकदे, तुसीं फिर भी पढ़े लिखे हो, वड्डिया सोचा करो, वड्डा सोचा करो। मैं लव मैरिज दी, मैं प्यार दी गल कीती है, क्योंकि दो तरह के प्यार होंदे ने, एक इश्क मजाजी ते हकीकी। हकीकी वह है जो दिलों किया जाता रूह नाल, पर हुण मजाजी रह गया है, तो मापे डरते हैं कि साडियां धीआं कोई गलत कदम ना चक लैन, नहीं तो कोई अपने बच्चों का कोई बुरा नहीं सोचता। जे तुसीं भी चंगा करोगे वह अक्सैप्ट जरूर करनगे, पर वह भी डरते हैं कि जिहड़ा तुसीं लभिया है वह नशाई तो नहीं, उहदे कोल है भी है कुछ कि अपनी धीआं नूं पुछ सकेगा, तो इस गल्लों तो डरते हैं, नहीं तो उन्होंने किसी चीज़ का इतराज नहीं। की कहिंदा है? हो लव मैरिज कर ले माड़े दी ते पांड कहिंदे ने पापां दी। थोड़ी डिवेलप इको रिवर्ब घटा दो भाजी, बिल्कुल नॉर्मल जी, आओ दोबारा। हो लव मैरिज कर ले माड़े दी ते पांड कहिंदे ने पापां दी, ओ जे कर कर ले तगड़े दी फिर मर्जी कहन जवाकां दी। ओ लव मैरिज कर ले माड़े दी ते पांड कहिंदे ने पापां दी, ओ जेकर कर ले तगड़े दी फिर मर्जी कहन जवाकां दी। ओ फिर डरदा कोई गल करदा नहीं, ओ फिर डरदा कोई गल करदा नहीं, भावे नाल दे पिंड विच रहिंदी आ। ओ चढ़दा लैंदा पासा दुनिया वे वेख ही लैंदी आ, ओ चढ़दा लैंदा पासा दुनिया वे वेख ही लैंदी आ। तुसीं अक्सर ही पिंडां विच देखिया होना है कि जो कोई शराबी शराब पी के वैसे आ जाए, कोई दिहाड़ी तो थकिया तो चांगर मार दे तो सारे बूआ खोल देने लग पे। क्यों? तो क्योंकि वह माड़ा है, दिल से परमात्मा ने हरेक इंसान च पाया, क्योंकि माड़े तो तगड़े का जोर चल जाता है, माड़े तो तगड़े से नहीं चल सकता। ये वो वाली गल की है कि माड़े को हरेक उड के पैंदा, सिर से चढ़ के छिद्र मारदा है, पर तगड़े कोई नहीं बोलता। जेकर मारे तगड़ा चांगर हर कोई कुंडा खोलता है, जेकर मारे तगड़ा चांगर कोई नहीं अगों बोलता है, वो जेकर मारे माड़ा ते फिर हर कोई कुंडा खोलता है। वो तू पैना है के आइए, वो तू पैना है के आइए, वेखी खुरक ते किवें तेरी लेंदी आ। वो चढ़दा लेंदा पासा दुनिया वे वेख ही लेंदी आ, ओ चढ़दा लैंदा पासा दुनिया वे वेख ही लैंदी आ। चाहे पिंड विच चाहे शहर विच किते भी गल हुंदी होवे तां घुम घुमा के आउणी माड़े बंदे ते, इह बाकी वेख्या उहनूं चुक चुक उहनूं धू धू घरों लिआउणगे। सोशल मीडिया ते वेख लो सब तों ज्यादा उहनां नूं वज्जण दीआं हुंदीआं ने जिहड़े जरे मातड़ ने। की कहिंदा है? उधर कोई ना जाओ सजन जी जिधरों जुतियां पैनिया ने, उपन गोटे वाले आ रोकना मैनू वे साहब मैं सचियां कहनिया ने। उधर कोई ना जाओ सजन जी जिधरों जुतियां पैनिया ने, उपन गोटे वाले आ रोकना मैनू वे साहब मैं सचियां कहनिया ने। दुख दी कले हमेशा वे माड़े सिरे आ पैंदी आ, वो चढ़दा लैंदा पासा दुनिया वे वेख ही लैंदी आ,
ओ चढ़ता लेंदा पासा दुनिया वे वेख ही लेंदी आ सुझे वधिया लगा खोल के ताड़ी मार दो एक बार क्या बात है धन्यवाद उन्ना तपस्वियां दे ना एक जोरदार ताड़ी जिन्ना करके तुसी आज इस नगर विच बैठे हो जिन्ना ते इन्नियां भगतियां सानू अज इत्थों तक लै आईआं कि असीं ताड़े सामने गाउण जोगे हो गए अपने घर परिवार भुल गए कुछ तुहानू देण लई संसार नू सीधे रस्ते पाउण लई नहीं ते किहदा जी नहीं करदा कि घर परिवार वाले होइए लो जी की कहिंदा साडा गीत आया सी सप शेर ते जट केड़ा केड़ा सुनना चाहुंदा है लो जी कहिंदा है हो तथ बुजुर्गां ते डुब जान तारू हो लगे भुल वई सदा हिसाबियां नू बुजुर्गां दे डुब जान तारू हो लगे भुल वई सदा हिसाबियां नू दविंदर सिंह साढ़े वीर कनेडा तो सानू लाइव देख रहे ने उन्हें बहुत सारा माण भेजा है साढ़े भाजी उन्हों के हाथ सो बहुत बहुत धन्यवाद वीर जी ज्यौंदे वसदे रहो परमात्मा चढ़दियां कला बख्शे विदेशों में बैठे हो पंजाबियों का नाम रोशन किया है कहता है हो तथ बुजुर्गां दे डुब जान तारू हो लगे भुल वई सदा हिसाबियां नू हो जिस ताले ते चोर दी नजर पै जाए वे भावें लख सांबो ना चाबियां नू हो केड़ा जमिया हुसन ते पऊ पड़दा वो लाणी सांभलू किवें शराबियां नू हो किवें ठोकणे फरंगी विदेश जाके रंधावे आ पुछ ले इना पंजाबियां नू तुस योधे की गल की जिन्हें साड़ी अणख का बदला जनरल डवैर नूं पिछे जाके कैस्टन हाल में मार के लिया जलियां वाले बाग का तो बड़े योधे ने लो जी हो बिना बुलाया कदे किसे दे कर नहीं जाईदा वो दुश्मन आ जे घरे ते मथे वट नहीं पाईदा हो बिना बुलाया कदे किसे दे कर नहीं जाईदा वो दुश्मन आ जाए घरे ते मथे वट नहीं पाईदा ओए बैरी हथों लैके कदे कोई चीज बई खाइए ना ओए सब शेर दे जट कदे भी सुता ठाइए ना ओए सब शेर दे जट कदे भी सुता ठाइए ना अलग अपना बुलाया कदे किसे दे कर नहीं जाईदा वो दुश्मन आ जाए घरे ते मथे वट नहीं पाईदा ओ दुश्मन आ जाए घरे ते मथे वट नहीं पाईदा ओ बैरी हथों लैके कदे कोई चीज बैठाइए ना सब शेर ते जट कदे भी सुता खाइए ना सब शेर ते जट कदे भी सुता खाइए ना Hey!
ਦੋਵਾਂ ਭਰਾਵਾਂ ਨੂੰ ਬਸ ਇੰਨਾ ਕੀ ਭੰਗੜਾ ਹੁੰਦਾ ਹੈ ਮਾੜਾ ਮੋਟਾ ਜਿਹਾ, ਜ਼ਿਆਦਾ ਸਾਡਾ ਗਾਉਣ 'ਤੇ ਜ਼ੋਰ ਹੁੰਦਾ ਹੈ। ਸੋ ਸਿਆਣੇ ਕਹਿੰਦੇ ਨੇ ਕਲਾਕਾਰ ਜਾਂ ਨੱਚਦੇ ਜਾਂ ਗਾਲੇ, ਅਤੇ ਸਾਨੂੰ ਪਰਮਾਤਮਾ ਨੇ ਗਾਉਣ ਦਾ ਗੁਣ ਦਿੱਤਾ ਨੱਚਣ ਦਾ ਨਹੀਂ। ਜ਼ਰਾ ਸੁਣਿਓ ਲਾਈਏ ਨਾ ਰੰਨਾ ਬਦਕਾਰਾਂ ਨੂੰ, ਭੇਦ ਕਦੇ ਨਾ ਦਈਏ ਮਿੱਤਰੋ ਪੁਲਸੀਏ ਯਾਰਾਂ ਨੂੰ, ਬਹੁਤਾ ਮੂੰਹ ਕਦੇ ਲਾਈਏ ਨਾ ਰੰਨਾ ਬਦਕਾਰਾਂ ਨੂੰ, ਉਹ ਭੇਦ ਕਦੇ ਨਾ ਦਈਏ ਮਿੱਤਰੋ ਪੁਲਸੀਏ ਯਾਰਾਂ ਨੂੰ, ਚੋਰਾਂ ਦੇ ਸੰਗ ਬਹਿ ਕੇ ਆਪਣੀ ਕਦਰ ਕਟਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਸੁੱਤਾ ਖਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਖਾਈਏ ਨਾ। ਰੋਲੋ ਏ ਪਿਓ ਦੀ ਸਰਦਾਰੀ ਨੂੰ, ਉਹ ਟੁੱਟ ਜਾਣੇ ਉਹ ਹੱਥ ਪਿਓ ਦੀ ਪਹੁੰਚਣ ਦਾਰੀ ਨੂੰ, ਨਾ ਪੈਰਾਂ ਵਿੱਚ ਰੋਲੋ ਏ ਪਿਓ ਦੀ ਸਰਦਾਰੀ ਨੂੰ, ਉਹ ਟੁੱਟ ਜਾਣੇ ਉਹ ਹੱਥ ਪਿਓ ਦੀ ਪਹੁੰਚਣ ਦਾਰੀ ਨੂੰ, ਉਹ ਕਦੇ ਨੀ ਸੁਰ ਵਿੱਚ ਵੱਜਦਾ ਵੱਜਦਾ ਢਿੱਲਾ ਢੋਲ ਵਜਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਜਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਜਾਈਏ। ਇਹ ਗੱਲ ਸਪੈਸ਼ਲੀ ਸਾਡੀਆਂ ਮਾਵਾਂ ਭੈਣਾਂ ਤੀਆਂ ਲਈ ਹੈ ਕਿ ਪਿਆਰ ਬੜਾ ਜ਼ਰੂਰੀ ਹੈ। ਕੀ ਕਹਿੰਦਾ ਹੈ, ਉਹ ਸੱਸ ਸਹੁਰੇ ਦੇ ਵਿੱਚੋਂ ਪਿਆਰ ਮਾਪਿਆਂ ਦਾ ਪਾਈਦਾ, ਉਹ ਮਾੜਾ ਬੋਲ ਕੇ ਆਪਣਾ ਪਿੱਛਾ ਨਹੀਂ ਨਰਵਾਈਦਾ, ਉਹ ਸੱਸ ਸਹੁਰੇ ਦੇ ਵਿੱਚੋਂ ਪਿਆਰ ਮਾਪਿਆਂ ਦਾ ਪਾਈਦਾ, ਉਹ ਮਾੜਾ ਬੋਲ ਕੇ ਆਪਣਾ ਪਿੱਛਾ ਨਹੀਂ ਨਰਵਾਈਦਾ, ਉਹ ਨਾ ਲੈ ਕੇ ਕਦੇ ਸਿਰ ਦੇ ਸਾਈ ਨੂੰ ਬੁਲਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਖਾਈਏ ਨਾ, ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਖਾਈਏ ਨਾ। ਮਿੱਟੀਆਂ ਗੁੰਦੀਆਂ ਨਾ, ਇਹ ਗੱਲ ਸੱਚ ਹੈ, ਗੰਜੀ ਦੇ ਸਿਰ ਉੱਤੇ ਕਦੀ ਵੀ ਮਿੱਟੀਆਂ ਨਹੀਂ ਗੁੰਦੀਆਂ ਜਾਂਦੀਆਂ। ਅੱਗੇ ਸੁਣਿਓ ਕੀ ਕਹਿੰਦਾ ਗੀਤ। ਸਿਕੰਦਰ ਨੇ 14 ਸਾਲ ਦੀ ਉਮਰ ਵਿੱਚ ਸਾਰੇ ਸੰਸਾਰ 'ਤੇ ਜਿੱਤ ਪਾਈ, ਪਰ ਜਦੋਂ ਜਾਣ ਲੱਗਾ ਸੀ ਉਹਦੀ ਇੱਕ ਸ਼ਰਤ ਸੀਗੀ ਕਿ ਮੇਰੇ ਹੱਥ ਮੇਰੇ ਤਬੂਤ ਤੋਂ ਬਾਹਰ ਕੱਢ ਦਿੱਤੇ ਜਾਣ। ਕਿਉਂ? ਕਿਉਂਕਿ ਉਹ ਸ਼ਖਸ ਸੀ ਜਿਹਨੇ ਮੁਰਦਿਆਂ ਦੇ ਮੂੰਹ 'ਚੋਂ ਪੈਸਾ ਕਢਵਾ ਲਿਆ ਸੀ। ਹੱਥ ਕਿਉਂ ਕਹਿੰਦਾ ਸੀ ਬਾਹਰ ਕੱਢ ਕੇ ਖੜਿਓ? ਕਿ ਦੁਨੀਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਸਾਰੀ ਦੁਨੀਆਂ ਜਿੱਤ ਲਈ, ਪਰ ਮੈਂ ਨਾਲ ਕੁਝ ਨਹੀਂ ਖੜਨ ਲੱਗਾ, ਖਾਲੀ ਹੱਥ ਜਾਣਾ ਹਰ ਇੱਕ ਨੇ। ਸੋ ਸਭ ਤੋਂ ਪਹਿਲਾਂ ਚੰਗੇ ਕਰਮ ਨੇ ਇਸ ਦੁਨੀਆਂ 'ਤੇ। ਹੋ ਕੰਚੀ ਦੇ ਸਿਰੇ ਉੱਤੇ ਜਾਂਦੀਆਂ ਮਿੱਟੀਆਂ ਗੁੰਦੀਆਂ ਨਾ, ਗੁੱਜੇ ਪੀਰੀਆ ਖੱਫਣ ਨੂੰ ਕਦੇ ਜੇਬਾਂ ਹੁੰਦੀਆਂ ਨਾ, ਮਿੱਟੀਆਂ ਗੁੰਦੀਆਂ ਨਾ, ਗੁੱਜੇ ਪੀਰੀਆ ਖੱਫਣ ਨੂੰ ਕਦੇ ਜੇਬਾਂ ਹੁੰਦੀਆਂ ਨਾ, ਜੇ ਹੈ ਨਿਹਕ ਵਿੱਚ ਯੋਰ ਜੇ ਹੈ ਨਿਹਕ ਵਿੱਚ ਯੋਰ ਕਦੇ ਵੀ ਮਿਰਜ਼ਾ ਗਾਈਏ ਨਾ,
ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਖਾਈਏ ਨਾ ਸਭ ਸ਼ੇਰ ਦੇ ਜੱਟ ਕਦੇ ਵੀ ਸੁੱਤਾ ਖਾਈਏ ਤੁਹਾਡੇ ਵਿੱਚ ਓਨਲੀ ਓਨ 10 ਮਿੰਟ ਹੋਰ ਹਾਂ ਕਿਉਂਕਿ ਸਾਡਾ ਵੱਡਾ ਵੀਰ ਮਾਸ਼ਾਲੀ ਬਹੁਤ ਹੀ ਵਧੀਆ ਗਾਉਣ ਵਾਲਾ ਸਾਡਾ ਵੀਰ ਬਹੁਤ ਹੀ ਵਧੀਆ ਸੋ ਸਾਡੇ ਤੋਂ ਬਾਅਦ ਸਾਡਾ ਵੱਡਾ ਵੀਰ ਮਾਸ਼ਾਲੀ ਤੁਹਾਨੂੰ ਸੁਣਾਉਣਗੇ ਕੁਛ ਸੋ ਹੁਣ ਲਾਸਟ ਵਿੱਚ ਸੁਣਿਓ ਕੀ ਚੀਜ਼ ਹੈ ਕੁਝ ਲੋਕਾਂ ਨੇ ਸੁਣਿਆ ਵੀ ਹੋਏਗਾ ਅਤੇ ਅੱਜ ਸੁਣਾਵਾਂਗੇ ਵੀ ਕਿ ਜੋ ਇਸ ਗੀਤ ਵਿੱਚ ਲਿਖਿਆ ਹੈ ਜਦੋਂ ਜਦੋਂ ਇਹ ਚੀਜ਼ਾਂ ਇਸ ਸੰਸਾਰ 'ਚ ਹੋਣ ਲੱਗ ਪਈਆਂ ਅਸੀਂ ਸੱਚ ਬੋਲਣਾ ਛੱਡ ਦੇਣਾ ਇਹ ਸਾਡਾ ਵਾਅਦਾ ਹੈ ਤੁਹਾਡੇ ਨਾਲ ਇਹ ਚੀਜ਼ਾਂ ਹੋਣੀਆਂ ਨਹੀਂ ਅਤੇ ਅਸੀਂ ਸੱਚ ਬੋਲਣ ਛੱਡਣਾ ਨਹੀਂ ਸੋ ਗੌਰ ਕਰਿਓ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣਗੀਆਂ ਤਦ ਸੱਚ ਬੋਲਣਾ ਛੱਡਾਂਗੇ ਉਸ ਤੋਂ ਪਹਿਲਾਂ ਕੁਝ ਹੋਰ ਚੀਜ਼ਾਂ ਇੱਕ ਸ਼ੇਰ ਸੀ ਕਹਿੰਦਾ ਸੋ ਆਹ ਲਾਸਟ ਗੀਤ ਤੁਹਾਡੇ ਵਿੱਚ ਆ ਸੋ ਜੇ ਵਧੀਆ ਲੱਗ ਰਿਹਾ ਤਾੜੀ ਜਿਹੜਾ ਕਿ ਸਬੂਤ ਖੁੱਲ੍ਹ ਕੇ ਤਾੜੀ ਮਾਰ ਦਿਓ ਮਿਹਰਬਾਨੀ ਸੁਣਿਓ ਕੀ ਚੀਜ਼ ਹੈ ਫੜਨੇ ਬੜੇ ਔਖੇ ਨੇ ਉਹ ਫੜਨੇ ਬੜੇ ਔਖੇ ਨੇ ਹੋ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਤੇ ਅੱਗ ਦੀ ਲੱਟ ਹੋਵੇ ਜੇ ਲੱਗੀ ਰਵਰ ਭਾਜੀ ਬਿਲਕੁਲ ਸਿੰਪਲ ਨੋਰਮਲ ਜੀ ਰੱਖੋ ਅੱਗੇ ਕਹਿੰਦਾ ਹੈ ਇਨਸਾਨ ਬੁੱਢਾ ਕਦੋਂ ਹੋ ਜਾਂਦਾ ਹੈ ਕਿਹੜੀਆਂ ਮੁਸੀਬਤਾਂ ਪੈਂਦੀਆਂ ਉੱਤੇ ਕਹਿੰਦਾ ਹੋ ਬੁੱਢਿਆਂ ਕਰ ਜਾਂਦੇ ਨੇ ਹੋ ਬੁੱਢਿਆਂ ਕਰ ਜਾਂਦੇ ਨੇ ਪੁੱਤ ਦਾ ਮਰਨਾ ਕਰਜ਼ ਦਾ ਚੜਨਾ ਨਸ਼ਾ ਘਰ ਵੜਨਾ ਮੁਕੱਦਮਾ ਲੜਨਾ ਜੇ ਪੜੇ ਕਚਹਿਰੀ ਫੜਨੇ ਬੜੇ ਔਖੇ ਨੇ ਓਏ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਹੋਇਆ ਅੱਗ ਦੀ ਲੱਟ ਹੋਵੇ ਜੇ ਲੱਗੀ ਕਿਹੜੀਆਂ ਚੀਜ਼ਾਂ ਸਿਰ ਨੀਵਾਂ ਕਰਦੀਆਂ ਨੇ ਸਮਾਜ 'ਚ ਇਨਸਾਨ ਦਾ ਕਹਿੰਦਾ ਹੋ ਸਿਰ ਨੀਵਾਂ ਕਰਦੇ ਬਈ ਉਹ ਸਿਰ ਨੀਵਾ ਕਰਦੇ ਬਈ ਹੋ ਤੀਵੀਂ ਬੇਪਤ ਨਸ਼ੇ ਦੀ ਲੱਤ ਜੀਭ ਨਹੀਂ ਵਸ ਬੁਲਾਵੇ ਸਾਥ ਕਰੀ ਹੋਈ ਠੱਗੀ ਉਹ ਫੜਨੇ ਬੜੇ ਔਖੇ ਨੇ ਉਹ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਹੋਏ ਅੱਗ ਦੀ ਲੱਟ ਹੋਵੇ ਜੇ ਲੱਗੀ ਅੱਗੇ ਕਹਿੰਦਾ ਹੋ ਮੇਣਾ ਬਣ ਜਾਂਦੇ ਨੇ ਉਹ ਮੀਣਾ ਬਣ ਜਾਂਦੇ ਨੇ ਉਹ ਛੱਡੀ ਵੇ ਆਈ ਠੱਗ ਨਾਲ ਲਾਈ ਜੇ ਆਉਣ ਸਪਾਹੀ ਨਾਲ ਭਰ ਜਾਈ ਮੇਲੇ ਦੀ ਤਿਆਰੀ ਉਹ ਫੜਨੇ ਬੜੇ ਔਖੇ ਨੇ ਉਹ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਹੋਏ ਅੱਗ ਦੀ ਲੱਟ ਹੋਵੇ ਜੇ ਲੱਗੀ ਕਿਹੜੀਆਂ ਚੀਜ਼ਾਂ ਸਿਰੇ ਮੁਸ਼ਕਲ ਚੜ੍ਹਦੀਆਂ ਨੇ ਕਹਿੰਦਾ ਹੋ ਸਿਰੇ ਮੁਸ਼ਕਲ ਚੜ੍ਹਦੇ ਨੇ ਉਹ ਸਿਰੇ ਮੁਸ਼ਕਲ ਚੜ੍ਹਦੇ ਨੇ ਕੰਮ ਸਰਕਾਰੀ ਅੱਲੜ ਦੀ ਯਾਰੀ ਬਣੀ ਸਰਦਾਰੀ ਤੇ ਹੋਵੇ ਖਿਡਾਰੀ ਇਸ਼ਕ ਰਾਹ ਤੁਰਿਆ ਉਹ ਫੜਨੇ ਬੜੇ ਔਖੇ ਨੇ ਉਹ ਉੱਡਣੇ ਸੱਪ ਸ਼ੇਰ ਦਾ ਲੱਕ ਵਿਗੜਿਆ ਜੱਟ ਹੋਏ ਅੱਗ ਦੀ ਲੱਟ ਹੋਵੇ ਜੇ ਲੱਗੀ ਲੱਗੀ ਲਓ ਜੀ ਸੱਚ ਕਹਿੰਦਾ ਹੋ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਆਹ ਜਿਹੜੀਆਂ ਚੀਜ਼ਾਂ ਅਸੀਂ ਗਾਉਣ ਲੱਗੇ ਹਾਂ ਇਹ ਚੀਜ਼ਾਂ ਕਦੀ ਜ਼ਿੰਦਗੀ 'ਚ ਹੋਣੀਆਂ ਨਹੀਂ ਅਤੇ ਆਪਾਂ ਗਾਉਣਾ ਛੱਡਣਾ ਨਹੀਂ ਸੁਣਿਓ ਕੀ ਗੱਲ ਜਦੋਂ ਇਹ ਚੀਜ਼ਾਂ ਹੋਣ ਲੱਗ ਪਈਆਂ ਉਦੋਂ ਰਮੀ ਅਤੇ ਪ੍ਰਿੰਸ ਗਾਉਣਾ ਛੱਡ ਦੇਣਗੇ ਸੁਣਿਓ ਚਲੋ ਕੀ ਗੱਲ ਹੋ ਛੱਡ ਦਊਗਾ ਸੱਪ ਜਦੋਂ ਡੰਗ ਮਾਰਨੋ ਤੇ ਛੱਡ ਦੂਗੀ ਅੱਗ ਜਦੋਂ ਬੰਦਾ ਸਾੜਨੋ
छड़ दूंगा सप्प जदों डंग मारनो ओ छड़ दूंगी आग जदों बंदा साड़नो ओ पैरां च चुभू ना जदों कच्छ मित्रो ओया नाचिर गाउणा असी ओया नाचिर गाउणा असी सच मित्रो ओया नाचिर गाउणा असी सच मित्रो सो आज तुहाडे विच लास्ट गीत आ सुणियो ਜਦੋਂ ਡੰਗ ਮਾਰਨੋ ਛੱਡ ਤੂੰ ਕੀ ਆ ਕੇ ਜਦੋਂ ਬੰਦਾ ਸਾਰਨੋ ਹੋ ਛੱਡੂਗਾ ਸੱਪ ਜਦੋਂ ਡੰਗ ਮਾਰਨੋ ਹੋ ਛੱਡ ਤੂੰ ਕੀ ਆ ਕੇ ਜਦੋਂ ਬੰਦਾ ਸਾਰਨੋ ਪੈਰਾਂ 'ਚ ਚੁਬੂਣਾ ਜਦੋਂ ਕੱਚ ਮਿੱਤਰੋ ਓਏ ਨਾਚਿਰ ਗਾਉਣਾ ਅਸੀਂ ਓ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਓ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਪਾਠੀ ਜਦੋਂ ਰੌਲ ਭੁੱਲ ਜਾਊ ਸੂਰਮਾ ਜਬਾਨ ਦੇ ਕੇ ਕੌਲ ਭੁੱਲ ਜਾਊ ਹੋ ਤੜਕੇ ਦੀ ਪਾਠੀ ਜਦੋਂ ਰੌਲ ਭੁੱਲ ਜਾਊ ਉਹ ਸੂਰਮਾ ਜਬਾਨ ਦੇ ਕੇ ਕੌਲ ਭੁੱਲ ਜਾਊ ਨਾਰ ਨਾ ਵਿਖਾਊਗੀ ਜਦੋਂ ਜੱਚ ਮਿੱਤਰੋ ਓਏ ਨਾਚਿਰ ਗਾਉਣਾ ਅਸੀਂ ਓ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਓ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਜਦੋਂ ਪਾਲੂ ਪਰਦਾ ਉਹ ਭੱਜ ਜੂ ਮਦਾਨ ਰਾਜਪੂਤ ਲੜਦਾ ਦੇਸ਼ ਬਾਬੂ ਹੈ ਤੇ ਜਦੋਂ ਪਾਲੂ ਪਰਦਾ ਭੱਜ ਜੂ ਮਦਾਨ ਰਾਜਪੂਤ ਲੜਦਾ ਹੋ ਆਗਣਾ ਵਿਖਾਊਗੀ ਜਦੋਂ ਮੱਛ ਮਿੱਤਰੋ ਹੋ ਆ ਨਾਚਿਰ ਗਾਉਣਾ ਅਸੀਂ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਫੋਕ ਵਿੱਚ ਇੱਕ ਗੱਲ ਸੀ ਕਹਿੰਦਾ ਉਹ ਚੰਨ ਕਿੱਥਾਂ ਗੁਜ਼ਾਰੀ ਆਈ ਅੱਜ ਅਸੀਂ ਰਾਤ ਗੁਜ਼ਾਰਨੇ ਆ ਪਰਮੇਸ਼ਵਰ ਦੇ ਚਰਨਾਂ ਵਿੱਚ ਕਹਿੰਦਾ ਉਹ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਮੈਂਡਾ ਜੀ ਦਲੀਲਾ ਦੇ ਬਾਤ ਵੇ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਮੈਂਡਾ ਜੀ ਰਾਤ ਵੇ ਹੈ ਰਾਤ ਦੇ ਕੀ ਕਹਿੰਦਾ ਹੈ ਨੂੰ ਉੱਤੇ ਪਾਲੋ ਜਦੋਂ ਸੋਹਣਾ ਚਾਦਰਾ ਉਹ ਤੇਰੇ ਘਰੇ ਰਿਹਾ ਨਾ ਜੇ ਨਿਆ ਕਾਦਰਾ ਪਾਲੂ ਜਦੋਂ ਸੋਹਣਾ ਚਾਦਰਾ ਉਹ ਤੇਰੇ ਘਰੇ ਰਿਹਾ ਨਾ ਜੇ ਨਿਆ ਕਾਦਰਾ ਕੀ ਕਹਿੰਦਾ ਭਰੋਸੇ ਯੋਗ ਹੋ ਜੂ ਜਦੋਂ ਖੱਚ ਮਿੱਤਰੋ ਓਏ ਨਾਚਿਰ ਗਾਉਣਾ ਅਸੀਂ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਉਹ ਨਾਚਿਰ ਗਾਉਣਾ ਅਸੀਂ ਸੱਚ ਮਿੱਤਰੋ ਹੇ 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 ਹੇ
ਕਿਤੇ ਤਰਨਾ ਇਹ ਜਿਹੜੀ ਗੱਲ ਆ ਇਹ ਕਦੀ ਹੋ ਨਹੀਂ ਸਕਦੀ ਕਿਉਂਕਿ ਇਹ ਪਿੰਡਾਂ ਵਿੱਚ ਅਕਸਰ ਹੁੰਦਾ ਆ ਸੁਣਿਓ ਕੀ ਗੱਲ ਲੱਕੜੀ ਜੇ ਛੱਡ ਤੂੰ ਪਾਣੀ ਤੇ ਤਰਨਾ ਛੱਡ ਜੂ ਮਰਾਸੀ ਜੇ ਮਖੌਲ ਕਰਨਾ ਲੱਕੜੀ ਜੇ ਛੱਡ ਤੂੰ ਪਾਣੀ ਤੇ ਤਰਨਾ ਉਹ ਛੱਡ ਜੂ ਮਰਾਸੀ ਜੇ ਮਖੌਲ ਕਰਨਾ ਉਹ ਖੁਸਰਾ ਵਿਖਾਉਣਾ ਜਦੋਂ ਨੱਚ ਮਿੱਤਰੋ ਓਏ ਨੱਚ ਗਾਣਾ ਅਸੀਂ ਓ ਨੱਚ ਗਾਣਾ ਅਸੀਂ ਸੱਚ ਮਿੱਤਰੋ ਓ ਨੱਚ ਗਾਣਾ ਅਸੀਂ ਸੱਚ ਮਿੱਤਰੋ ਗੀਤ ਕੀ ਕਹਿ ਰਿਹਾ ਹੈ ਹੋਏ ਅੰਬ ਦੇ ਬੂਟੇ ਨੂੰ ਜਦੋਂ ਬੇਰ ਲੱਗਣੇ ਉਹ ਗਿੱਦੜਾਂ ਦੇ ਮੂਹਰੇ ਜਦੋਂ ਸ਼ੇਰ ਲੱਗਣੇ ਅੰਬ ਦੇ ਬੂਟੇ ਨੂੰ ਜਦੋਂ ਬੇਰ ਲੱਗਣੇ ਉਹ ਗਿੱਦੜਾਂ ਦੇ ਮੂਹਰੇ ਜਦੋਂ ਸ਼ੇਰ ਲੱਗਣੇ ਜਵਾਈ ਨੂੰ ਜੇ ਫੀਮ ਦਊਗੀ ਸੱਸ ਮਿੱਤਰੋ ਹੋਇਆ ਨੱਚ ਗਾਉਣਾ ਅਸੀਂ ਉਹ ਨੱਚ ਗਾਉਣਾ ਅਸੀਂ ਸੱਚ ਮਿੱਤਰੋ ਕਹਿੰਦਾ ਹੋ ਜਦੋਂ ਲੰਘਾ ਕੋਠੇ ਤੇ ਪਲੰਗ ਚਾੜ ਦੂ ਉਹ ਲੇਲਾ ਜਦੋਂ ਜਾ ਕੇ ਬਗਿਆੜ ਪਾੜ ਦੂ ਜਦੋਂ ਲੰਘਾ ਕੋਠੇ ਤੇ ਪਲੰਗ ਚਾੜ ਦੂ ਉਹ ਲੇਲਾ ਜਦੋਂ ਜਾ ਕੇ ਬਗਿਆੜ ਪਾੜ ਦੂ ਉਹ ਠੱਗੀ ਮਾਰੀ ਜਾਊਗੀ ਜਦੋਂ ਪੱਚ ਮਿੱਤਰੋ ਓ ਨੱਚ ਗਾਉਣਾ ਅਸੀਂ ਓ ਨੱਚ ਗਾਉਣਾ ਅਸੀਂ ਸੱਚ ਮਿੱਤਰੋ ਓ ਨੱਚ ਗਾਉਣਾ ਅਸੀਂ ਸੱਚ ਮਿੱਤਰੋ ਉਹ ਜਾਂ ਫਿਰ ਰੰਮੀ ਨੂੰ ਗਰੂਰ ਹੋ ਗਿਆ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਅੱਜ ਤੋਂ ਕੋਈ ਸਾਲ ਪਹਿਲਾਂ ਵੀ ਉੱਦਾਂ ਦੇ ਸੀ ਜਦੋਂ ਦੀ ਇਹ ਪਰਮਾਤਮਾ ਨੇ ਸ਼ੌਹਰਤ ਬਖਸ਼ੀ ਅੱਜ ਵੀ ਉੱਦਾਂ ਦੀ ਹੈ ਉੱਦਾਂ ਹੀ ਤੁਰੇ ਫਿਰਦੇ ਹਾਂ ਜਿੱਥੇ ਵੀ ਚਾਹੇ ਮੁਹਾਲੀ ਹੋਈਏ ਜਿਤਨਾ ਮਰਜ਼ੀ ਕੱਪੜੇ ਉੱਦਾਂ ਹੀ ਪਾ ਕੇ ਤੁਰ ਪੈਂਦੇ ਹਾਂ ਬਾਜ਼ਾਰਾਂ 'ਚ ਅਤੇ ਕੋਈ ਐਸਾ ਨਹੀਂ ਕਿ ਚਾਹੇ ਇੰਨੀ ਸ਼ੌਹਰਤ ਮਿਲ ਗਈ ਹੈ ਸਭ ਪਰਮੇਸ਼ਵਰ ਦੀ ਹੈ ਸਭ ਤੁਹਾਡਾ ਦਿੱਤਾ ਹੈ ਇਹ ਸੰਸਾਰ ਦਾ ਇੱਥੇ ਹੀ ਸਭ ਕੁਝ ਰਹਿ ਜਾਣਾ ਕਿਸੇ ਨੇ ਕੁਝ ਨਹੀਂ ਖੜਨਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਕੱਲ੍ਹ 12 ਵਜੇ ਸਾਡਾ ਗੀਤ ਰਿਲੀਜ਼ ਹੋ ਰਿਹਾ ਯੂਟਿਊਬ 'ਤੇ ਆਊਟੀ ਵਰਸਸ ਕੜਾ ਦੋ ਤਰੀਕ ਨੂੰ ਕੱਲ੍ਹ ਨੂੰ ਅਤੇ 3 ਤਰੀਕ ਨੂੰ ਵਰਲਡ ਵਾਈਡ ਪ੍ਰੀਮੀਅਰ PDC ਪੰਜਾਬੀ ਅਤੇ PDC ਚੱਕ ਦੇ 'ਤੇ ਸਾਰਿਆਂ ਨੇ ਦੇਖਣਾ ਹੈ ਆਊਟੀ ਵਰਸਸ ਕੜਾ ਇਹ ਮੇਰਾ ਮੈਂ ਇਕੱਲੇ ਨੇ ਗਾਇਆ ਹੈ ਅਤੇ ਉਹਦੇ ਵਿੱਚ ਅਦਾਕਾਰੀ ਕੀਤੀ ਹੈ ਪ੍ਰਿੰਸ ਨੇ ਬਹੁਤ ਵਧੀਆ ਗੀਤ ਹੈ ਅੱਜ ਕੱਲ੍ਹ ਦੀ ਸੱਚਾਈ ਹੈ ਸਰਪੰਚ ਸਾਹਿਬ ਜੋ ਅੱਜ ਕੱਲ੍ਹ ਯੂਨੀਵਰਸਿਟੀਆਂ 'ਚ ਹੋ ਰਿਹਾ ਚਾਹੇ ਵੈਸੇ ਵੀ ਪਿਆਰ ਦੀ ਗੱਲ ਹੈ ਕਿ ਦਿਲੋਂ ਪਿਆਰ ਕਰਦਾ ਹੈ ਕੋਈ ਇਨਸਾਨ ਪਰ ਅੱਗਿਓਂ ਉਹਨੂੰ ਉਸ ਚੀਜ਼ਾਂ ਨਹੀਂ ਮਿਲਦੀਆਂ ਜੋ ਐਕਸੈਪਟ ਕਰਦਾ ਲਾਲਚ ਲਈ ਜਦੋਂ ਪਿਆਰ ਕਰਦਾ ਹੈ ਅਤੇ ਜੋ ਟੁੱਟਦਾ ਹੈ ਕੀ ਬੀਤਦੀ ਹੈ ਉਸ 'ਤੇ ਆਧਾਰਿਤ ਗੀਤ ਹੈ ਸੋ ਦੇਖਣਾ ਜ਼ਰੂਰ ਹੈ ਤੁਹਾਡੇ ਸਾਰਿਆਂ ਦੀ ਸਰਪ੍ਰਾਈਜ਼ ਹੈ ਤੁਸੀਂ ਕੱਲ੍ਹ ਨੂੰ ਜਾਂ ਯੂਟਿਊਬ 'ਤੇ ਪਰਸੋਂ ਜਾਂ ਚੈਨਲ 'ਤੇ ਦੇਖਿਓ ਬਹੁਤ ਸੋਹਣਾ ਗੀਤ ਹੈ ਉਹਨੂੰ ਮਾਣ ਦਿਓ ਪਿਆਰ ਦਿਓ ਤੁਹਾਡੇ ਪਿਆਰ ਵਾਲੇ ਅੱਜ ਅਸੀਂ ਇੱਥੇ ਖੜ੍ਹੇ ਹਾਂ ਸੁਣਿਓ ਕੀ ਕਹਿੰਦਾ ਗੀਤ ਸਾਡੇ ਫੇਸਬੁੱਕ ਪੇਜ ਵੀ ਮੇਰਾ ਰੰਮੀ ਰੰਧਾਵਾ ਦੇ ਨਾਂ 'ਤੇ ਪੇਜ ਹੈ ਪ੍ਰਿੰਸ ਰੰਧਾਵੇ ਦੇ ਨਾਂ 'ਤੇ ਚਾਹੇ ਸਾਹਿਬ ਪਨਗੋਟੇ ਵੀਰ ਦੇ ਨਾਂ 'ਤੇ ਹੋਵੇ ਸਾਰਿਆਂ ਨੇ ਫੋਲੋ ਕਰਨਾ ਹੈ ਕੋਈ ਨਵੀਆਂ ਚੀਜ਼ਾਂ ਆਉਣ ਵਾਲੀਆਂ ਤੁਹਾਨੂੰ ਪਤਾ ਲੱਗਦੇ ਰਹਿਣਗੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਅੱਗੇ ਕਹਿੰਦਾ ਉਹ ਜਦੋਂ ਸਾਹਿਬ ਬਣੇ ਗੋਟਾ ਸਾਥੋਂ ਦੂਰ ਹੋ ਗਿਆ ਉਹ ਜਾਂ ਫਿਰ ਰੰਮੀ ਨੂੰ ਗਰੂਰ ਹੋ ਗਿਆ ਜਦੋਂ ਸਾਹਿਬ ਬਣੇ ਗੋਟਾ ਸਾਥੋਂ ਦੂਰ ਹੋ ਗਿਆ ਉਹ ਜਾਂ ਫਿਰ ਰੰਮੀ ਨੂੰ ਗਰੂਰ ਹੋ ਗਿਆ ਤੇ ਚਿੱਟਾ ਨਾ ਵਿਖਾਏਗਾ ਹੱਡੀ ਰੱਜ ਮਿੱਤਰੋ ਓਏ ਨੱਚ ਗਾਉਣਾ ਅਸੀਂ ਓ ਨੱਚ ਗਾਉਣਾ ਅਸੀਂ ਸੱਚ ਮਿੱਤਰੋ 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 ਓ ਨੱਚ
ਨਾਚੀ ਗਾਉਣਾ ਅਸੀਂ ਸੱਚ ਮਿੱਤਰੋ ਓ ਨਾਚੀ ਗਾਉਣਾ ਅਸੀਂ ਸੱਚ ਮਿੱਤਰੋ ਓ ਨਾਚੀ ਗਾਉਣਾ ਅਸੀਂ ਸੱਚ ਮਿੱਤਰੋ ਓ ਨਾਚੀ ਗਾਉਣਾ ਅਸੀਂ ਸੱਚ ਮਿੱਤਰੋ ਸੋ ਇੰਨੀ ਕੁ ਹਾਜ਼ਰੀ ਕਬੂਲ ਕਰਿਓ।